ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਈਵਨਿੰਗ ਐਵਰੀਵਨ, ਗੁੱਡ ਈਵਨਿੰਗ ਟੂ ਆਲ ਆਫ ਯੂ। ਯੈਸ, ਕਲਾਸ ਇਜ਼ ਲਾਈਵ ਨਾਓ। ਅੱਜ ਆਪਾਂ ਕੰਟੀਨਿਊ ਕਰਨ ਲੱਗੇ ਹਾਂ, ਸੋਰੀ, ਅੱਜ ਆਪਾਂ ਕੰਟੀਨਿਊ ਕਰਨ ਲੱਗੇ ਹਾਂ ਆਪਣਾ ਇੰਪੋਰਟੈਂਟ ਟੋਪਿਕ, ਪੇਅਰ ਆਫ ਸਟੇਟ ਲਾਈਨਸ। ਸਵੇਰੇ ਐਮ ਸੀ ਕਿਊਜ਼ ਆਪਾਂ ਕਰ ਲਏ ਸੀਗੇ, ਕੁਛ ਬਾਕੀ ਕੁਐਸਚਨਸ ਨੂੰ ਅੱਜ ਆਪਾਂ ਕੰਟੀਨਿਊ ਕਰਾਂਗੇ। ਸੋ ਐਮ ਸੀ ਕਿਊ ਸੀਰੀਜ਼ ਚੱਲ ਰਹੀ ਹੈ ਤੁਹਾਡੇ ਵਾਸਤੇ ਹੀ ਹੈ, ਤੁਸੀਂ ਜੇਕਰ ਹਾਲੇ ਤੱਕ ਕਲਾਸਿਸ ਨਹੀਂ ਲਗਾਉਣੀਆਂ ਸ਼ੁਰੂ ਕੀਤੀਆਂ ਤਾਂ ਲਗਾਉਣੀਆਂ ਸ਼ੁਰੂ ਕਰ ਦਿਓ। ਐਂਡ ਰੈਗੂਲਰ 8 ਵਜੇ ਤੁਹਾਡੇ ਤੱਕ ਜਿਹੜੀ ਕਲਾਸ ਹੈ ਉਹ ਪਹੁੰਚ ਜਾਂਦੀ ਹੈ, ਲਾਈਵ ਕਲਾਸ ਹੁੰਦੀ ਹੈ ਰੈਗੂਲਰ 8 PM। ਤੁਸੀਂ ਜਦੋਂ ਵੀ ਚਾਹੋ ਰਿਕਾਰਡਿਡ ਕਲਾਸਿਸ ਵੀ ਦੇਖ ਸਕਦੇ ਹੋ, ਬਟ ਪ੍ਰੈਫਰ ਕਰਿਆ ਕਰੋ ਲਾਈਵ ਕਲਾਸ ਦੇ ਵਿੱਚ ਆਉਣਾ। ਚਲੋ ਫਿਰ ਗੱਲ ਕਰਦੇ ਹਾਂ ਅੱਜ ਦੇ ਟੋਪਿਕ ਦੀ, ਬਿਨਾਂ ਸਮਾਂ ਬਰਬਾਦ ਕੀਤੇ ਹੈ। ਅੱਜ ਆਪਾਂ ਸਟੇਟ ਲਾਈਨ ਦੇ ਬਾਰੇ ਗੱਲ ਕਰਦੇ ਹਾਂ। ਦੁਬਾਰਾ ਦੱਸ ਰਹੀ ਹਾਂ, ਰਾਈਟ ਔਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ। ਅਗਰ ਤੁਹਾਨੂੰ ਕਲਾਸਿਸ ਪਸੰਦ ਆਉਂਦੀਆਂ ਤਾਂ ਰੈਗੂਲਰ ਆਉਣਾ ਸ਼ੁਰੂ ਕਰੋ, ਪਲੱਸ ਨਾਲ ਇਸ ਨੂੰ ਪ੍ਰੈਕਟਿਸ ਨੂੰ ਆਪਣੀ ਨੂੰ ਵਧਾਓ ਅਤੇ ਮੈਕਸੀਮਮ ਸ਼ੇਅਰ ਵੀ ਕਰੋ, ਠੀਕ ਹੈ। ਸੋ ਚਲੋ ਫਿਰ ਕਰਦੇ ਹਾਂ ਅੱਜ ਦੇ ਕੁਸ਼ਚਨ ਨੂੰ ਸ਼ੁਰੂ। ਦਿਸ ਇਜ਼ ਆਰ ਕੁਸ਼ਚਨ ਨੰਬਰ 1 ਆਫ ਟੂਡੇਜ਼ ਕਲਾਸ, ਜਿਹਦੇ ਵਿੱਚ ਆਪਾਂ ਪੇਅਰ ਆਫ ਸਟੇਟ ਲਾਈਨ ਦੇ ਜਿਹੜੇ ਕੁਸ਼ਚਨਸ ਨੇ ਉਹਨਾਂ ਨੂੰ ਕਵਰ ਕਰਾਂਗੇ। ਜਿਵੇਂ ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੇ ਸਟੇਟ ਲਾਈਨ, ਪੇਅਰ ਆਫ ਸਟੇਟ ਲਾਈਨ ਦੇ ਕੁਸ਼ਚਨਸ ਹੁੰਦੇ ਨੇ, ਇੰਪੋਰਟੈਂਟ ਨੇ। ਦ ਰੀਜ਼ਨ ਬਿਹਾਈਂਡ, ਕਿਉਂਕਿ ਇਹਦੇ ਨਾਲ ਦੇ ਕੁਸ਼ਚਨਸ ਅੱਛੇ ਖਾਸੇ ਆਏ ਹੋਏ ਨੇ ਔਰ ਇੱਕ ਨਵਾਂ ਜਿਹਾ ਟੋਪਿਕ ਉੱਭਰ ਕੇ ਆਇਆ ਸੀਗਾ 41 ਕਾਰਡ ਦੇ ਵਿੱਚ, ਹੈ ਨਾ। ਸੋ ਦਿਸ ਇਜ਼ ਇੰਪੋਰਟੈਂਟ 1। ਚਲੋ ਕਰਦੇ ਹਾਂ ਫਿਰ ਅੱਜ ਦੇ ਕੁਸ਼ਚਨ ਨੂੰ ਸ਼ੁਰੂ। ਦ ਪੇਅਰ ਆਫ ਲਾਈਨ ਰੀਪ੍ਰਜੈਂਟ ਬਾਏ 3AX2, ਮਤਲਬ ਮੈਨੂੰ ਪ੍ਰੋਪਰ ਇੱਕ ਪੇਅਰ ਆਫ ਲਾਈਨ ਦਿੱਤੀ ਹੋਈ ਹੈ, ਕਹਿੰਦੇ ਆਪਸ ਦੇ ਵਿੱਚ ਪਰਪੈਂਡੀਕੁਲਰ ਹੋਣਗੇ 4। ਦੱਸੋ ਜੀ ਇਹਦੇ ਵਿੱਚ ਏ ਦੀਆਂ 2 ਵੈਲਿਊਜ਼ ਹੋਣਗੀਆਂ, 1 ਵੈਲਿਊ ਹੋਏਗੀ, ਇਹਦੀ ਕੋਈ ਵੀ ਵੈਲਿਊ ਹੋ ਸਕਦੀ ਹੈ ਜਾਂ ਇਹਦੀ ਕੋਈ ਵੀ ਵੈਲਿਊ ਨਹੀਂ ਹੋਏਗੀ। ਸੋ ਦੇਖੋ, ਜਿਵੇਂ ਕਿ ਆਪਾਂ ਪੜ੍ਹਿਆ ਸੀ ਕਿ ਜੇਕਰ ਪੇਅਰ ਆਫ ਸਟੇਟ ਲਾਈਨਸ ਆਪਸ ਦੇ ਵਿੱਚ ਪਰਪੈਂਡੀਕੁਲਰ ਹੋਣ, ਉਹ 2 ਲਾਈਨਸ, ਤਾਂ ਉਹਨਾਂ ਦੇ ਵਿੱਚ ਕੋਫੀਸ਼ੀਐਂਟ ਆਫ ਐਕਸ ਸਕੇਅਰ ਅਤੇ ਕੋਫੀਸ਼ੀਐਂਟ ਆਫ ਵਾਈ ਸਕੇਅਰ ਦੋਨਾਂ ਦਾ ਐਡੀਸ਼ਨ 0 ਦੇ ਇਕੁਅਲ ਹੁੰਦਾ ਹੈ। ਹੁਣ ਇੱਥੇ ਅਗਰ ਆਪਾਂ ਗੱਲ ਕਰੀਏ ਕੋਫੀਸ਼ੀਐਂਟ ਆਫ ਐਕਸ ਸਕੇਅਰ ਕਿੰਨਾ ਹੈ 3A, ਐਂਡ ਕੋਫੀਸ਼ੀਐਂਟ ਆਫ ਵਾਈ ਸਕੇਅਰ ਕਿੰਨਾ ਹੈ ਏ ਸਕੇਅਰ -2, ਇਟ ਸ਼ੁੱਡ ਬੀ ਇਕੁਅਲਸ ਟੂ 0। ਹੁਣ ਇਸ ਇਕੁਏਸ਼ਨ ਦੇ ਵਿੱਚ ਨਾ ਮੈਨੇ ਕੁਛ ਸੋਲਵ ਕਰਨਾ, ਨਾ ਮੈਨੇ ਕੋਈ ਐਕਸਪੈਰੀਮੈਂਟ ਕਰਨਾ, ਮੈਨੂੰ ਸਿਰਫ ਚਾਹੀਦਾ ਇਹ ਪਤਾ ਹੋਣਾ ਚਾਹੀਦਾ ਕਿ ਮੇਰੇ ਕੋਲ ਏਰੀਆ ਕਿੰਨੀਆਂ ਵੈਲਿਊਜ਼ ਆਉਣਗੀਆਂ। ਸੋ ਇਹ ਆਪਣਾ ਬੇਸਿਕ ਜਿਹਾ ਤਰੀਕਾ ਦੇਖਣ ਦਾ ਕਿ ਜਿੰਨੀ ਡਿਗਰੀ ਹੁੰਦੀ ਹੈ ਉਨੇ ਹੀ ਮੇਰੇ ਕੋਲ ਆਨਸਰਸ ਹੁੰਦੇ ਨੇ। ਸੋ ਇੱਥੇ ਮੇਰੇ ਕੋਲ ਏਰੀਆਂ 2 ਵੈਲਿਊਜ਼ ਹੋਣਗੀਆਂ, ਮਤਲਬ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਦਿਸ ਇਜ਼ ਅ ਵੈਰੀ ਗੁੱਡ ਇੰਪੋਰਟੈਂਟ ਔਰ ਆਪਣੇ ਲੈਵਲ ਦਾ ਕੁਸ਼ਚਨ ਹੈ। ਆਪਣੇ ਲੈਵਲ ਦੇ ਵਿੱਚ ਇੱਦਾਂ ਦੇ ਹੀ ਕੁਸ਼ਚਨਸ ਆਉਂਦੇ ਨੇ ਜੋ ਬਹੁਤ ਸਿੰਪਲੀ ਟੋਟਲੀ ਬੇਸਿਕ, ਮਤਲਬ ਨੌਲੇਜ ਬੇਸਡ ਹੁੰਦੇ ਨੇ, ਬਹੁਤ ਸਿੰਪਲ ਹੁੰਦੇ ਨੇ। ਇਫ ਯੂ ਨੋ ਤਾਂ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਕੁਸ਼ਚਨ ਹੈ ਜਿਹੜਾ ਕਰ ਲਉਂਗੇ, ਠੀਕ ਹੈ। ਸੋ ਚਲੋ ਅੱਗੇ ਚੱਲਦੇ ਹਾਂ ਕੁਸ਼ਚਨ ਨੰਬਰ 2 ਦੇ ਉੱਪਰ। ਇਹ ਹੈਗਾ ਜੀ ਕੁਸ਼ਚਨ ਨੰਬਰ 2, ਦ ਪੇਅਰ ਆਫ ਸਟੇਟ ਲਾਈਨ, ਐਂਡ 2 ਮੈਨੂੰ ਦਿੱਤੇ ਹੋਏ ਨੇ ਪੇਅਰ ਆਫ ਸਟੇਟ ਲਾਈਨ, ਇੱਕ ਇਹ ਵੀ ਸੱਚ ਦੈਟ ਬਾਈਸੈਕਟ ਦਾ ਐਂਗਲ, ਦੈਨ ਮਤਲਬ ਜੇਕਰ ਇਹ ਇੱਕ ਦੂਸਰੇ ਦੇ ਐਂਗਲਸ ਨੂੰ ਬਾਈਸੈਕਟ ਕਰ ਰਹੇ ਨੇ ਤਾਂ ਦੱਸੋ ਜੀ ਫਿਰ ਇਹਦੇ ਵਿੱਚ ਕਿਹੜੀ ਜਿਹੜੀ ਕੰਡੀਸ਼ਨ ਹੈ ਉਹ ਹੋਲਡ ਹੋਏਗੀ। ਦੇਖੋ, ਸਭ ਤੋਂ ਪਹਿਲਾਂ ਤਾਂ ਨਾ ਆਪਾਂ ਬਾਈਸੈਕਟਰ ਦੀ ਇਕੁਏਸ਼ਨ ਕੱਢ ਲੈਂਦੇ ਹਾਂ, ਹੈ ਨਾ। ਅਗਰ ਆਪਾਂ ਗੱਲ ਕਰੀਏ ਮੈਨੇ ਕੀ ਕੱਢਣਾ, ਹੁਣ ਇੱਥੇ ਬਾਈਸੈਕਟਰ ਦੀ ਇਕੁਏਸ਼ਨ ਕੱਢਣੀ ਹੈ ਸਭ ਤੋਂ ਪਹਿਲਾਂ, ਫਿਰ ਆਪਾਂ ਕੰਡੀਸ਼ਨ ਦੇ ਵੱਲ ਚੱਲਾਂਗੇ, ਠੀਕ ਹੈ ਜੀ। ਕਿਉਂਕਿ ਜਦੋਂ ਮੈਨੂੰ ਬਾਈਸੈਕਟਰ ਦੀ ਇਕੁਏਸ਼ਨ ਪਤਾ ਹੋਏਗੀ ਤਾਂ ਹੀ ਮੈਂ ਕੁਸ਼ਚਨ ਨੂੰ ਕਰ ਪਾਵਾਂਗੀ। ਸੋ ਮੈਨੂੰ ਕੀ ਦਿੱਤਾ ਹੋਇਆ, AX2, ਹਾਂਜੀ ਮੈਨੂੰ ਕੀ ਦਿੱਤਾ ਹੋਇਆ, AX2 2HXY ਐਂਡ -AY2, ਠੀਕ ਹੈ। ਅਗਰ ਮੈਂ ਇਸਦੇ ਬਾਈਸੈਕਟਰ ਦੀ ਇਕੁਏਸ਼ਨ ਕੱਢਣੀ ਹੈ ਦੈਨ ਮੈਮ ਕਿਵੇਂ ਨਿਕਲੇਗੀ, ਦੈਟ ਇਜ਼ ਆਲਵੇਜ਼ ਇਕੁਅਲਸ ਟੂ X² -Y² ਜਿਸਨੂੰ ਮੈਂ ਹਮੇਸ਼ਾ ਡਿਵਾਈਡ ਕਰਨਾ ਹੁੰਦਾ ਕੋਫੀਸ਼ੀਐਂਟ ਆਫ X² ਅਤੇ ਕੋਫੀਸ਼ੀਐਂਟ ਆਫ Y² ਦੇ ਐਡੀਸ਼ਨ ਸਬਟ੍ਰੈਕਸ਼ਨ ਦੇ ਨਾਲ, ਠੀਕ ਹੈ। ਦੁਬਾਰਾ ਬੋਲ ਰਹੀ ਹਾਂ, ਮੈਂ X² -Y² ਨੂੰ ਹਮੇਸ਼ਾ ਡਿਵਾਈਡ ਕਰਨਾ ਹੁੰਦਾ ਕੋਫੀਸ਼ੀਐਂਟ ਆਫ X² ਐਂਡ ਕੋਫੀਸ਼ੀਐਂਟ ਆਫ Y² ਦੇ ਸਬਟ੍ਰੈਕਸ਼ਨ ਦੇ ਨਾਲ। ਇਹ ਕਿਸ ਦੇ ਇਕੁਅਲ ਹੋਏਗਾ, ਇਹ ਇਕੁਅਲ ਹੋਏਗਾ ਜੀ XY ਦੇ, ਠੀਕ ਹੈ ਜੀ। XY ਜਿਸਨੂੰ ਮੈਂ ਡਿਵਾਈਡ ਕਰਾਂਗੀ ਇਹਦੇ ਨਾਲ। ਹੁਣ ਦੇਖੋ, ਦੋਨੋਂ ਜਗ੍ਹਾ 'ਤੇ ਮੈਨੇ ਕੁਛ ਨਹੀਂ ਲਿਆ, ਉੱਪਰ ਮੈਨੇ ਜੋ ਮੇਰੇ ਕੋਲ ਵੇਰੀਏਬਲ ਸੀਗੇ ਉਹ ਲਏ, ਪਹਿਲਾਂ X² Y² ਦਾ ਸਬਟ੍ਰੈਕਸ਼ਨ ਲਿਆ ਅਤੇ ਡਿਵਾਈਡ ਦੇ ਵਿੱਚ ਉਹਨਾਂ ਦੇ ਕੋਫੀਸ਼ੀਐਂਟ ਦਾ ਸਬਟ੍ਰੈਕਸ਼ਨ ਲਿਆ, ਸਿਮਿਲਰਲੀ ਇਕੁਅਲ ਟੂ ਦੇ ਵਿੱਚ XY ਲਿਆ ਔਰ ਡਿਵਾਈਡ ਦੇ ਵਿੱਚ ਉਹਦੇ ਨਾਲ ਜਿਹੜਾ ਕੋਫੀਸ਼ੀਐਂਟ ਹੈ HO ਲਿਆ। ਈਜ਼ੀ, ਇੱਥੋਂ ਮੇਰੇ ਕੋਲ ਇਕੁਏਸ਼ਨ ਆ ਜਾਂਦੀ ਹੈ, ਠੀਕ ਹੈ, ਬਾਈਸੈਕਟਰਸ ਦੀ। ਅਤੇ ਇਕੁਏਸ਼ਨ ਮੇਰੇ ਕੋਲ ਕਿੰਨੀ ਆ ਜਾਂਦੀ ਹੈ, HX² -HY² ਦੈਟ ਇਜ਼ ਇਕੁਅਲਸ ਟੂ 2AXY। ਲੋ ਇਕੁਏਸ਼ਨ ਆ ਗਈ, ਜਿਸ ਨੂੰ ਮੈਂ ਥੋੜ੍ਹਾ ਜਿਹਾ ਅਗਰ ਹੋਰ ਸਿੰਪਲ ਕਰਕੇ ਲਿਖਾਂ ਤਾਂ HX² -2AXY। ਖੈਰ ਇਹ ਪ੍ਰੋਪਰ ਤਰੀਕੇ ਨਾਲ ਤੁਸੀਂ ਨਹੀਂ ਕਰਨਾ, ਤੁਸੀਂ ਉੱਥੇ ਬੜਾ ਸਪੀਡਲੀ ਕਰਨਾ। ਚਲੋ, ਇਹ ਇਕੁਏਸ਼ਨ ਮੇਰੇ ਕੋਲ ਆ ਗਈ। ਹੁਣ ਇੱਕ ਇਕੁਏਸ਼ਨ ਇਹ ਹੈ ਮੇਰੇ ਕੋਲ, ਦੂਸਰੀ ਇਕੁਏਸ਼ਨ ਇਹ ਹੈ, ਅਤੇ ਆਪਾਂ ਨੂੰ ਪੁੱਛਿਆ ਗਿਆ
एंगल अगर दोनों के एंगल बाइसैक्ट करते हैं तो दसो जी कि कंडीशन बनती है। ठीक है, तो बिल्कुल हूँ अपने उ ही करना। हूँ एक क्वेश्चन मेरे को यही है, तो दूसरी मेरे को कि है बी एक्स स्क्वेयर प्लस टू जी एक्स वाई माइनस बी वाई स्क्वेयर। बस लो जी हूँ कर दो इन्हें सोल्व। कोफिशेंट्स ऑफ एच एक्स द स्केयर दे डिवाइड हो जाएंगे, कोफिशेंट्स ऑफ वाई स्केयर डिवाइड हो जाएंगे एंड कोफिशेंट्स ऑफ हाँ वाई स्केयर सॉरी एक्स वाई तो वाई स्केयर दे डिवाइड हो जाएंगे। ठीक है, इन्हों सोल्व करके थोड़े को जो कंडीशन आती है वह कंडीशन लगा दो तो आंसर रेडी है। देखो इधर भी एच ओवर बी है, इधर भी एच ओवर बी है, तो मेरे को कितना बन गया एच ओवर बी इज इक्वल्स टू माइनस ए बाई जी। सो माई आंसर इज जी एच प्लस ए बी विच इज इक्वल्स टू जीरो, मतलब ऑप्शन ए। क्लीयर क्लीयर होया सारे नूं? चलो ए क्लीयर करन तो बाद आपां चलदे हां क्वेश्चन नंबर थ्री दे उपर। जस्ट वेट, हाँ जी, तो ये क्लीयर करन तो बाद आपां चलदे हां क्वेश्चन नंबर थ्री दे उपर। हाँ जी, नैक्सट हैगा अपने कोल क्वेश्चन नंबर थ्री। इस क्वेश्चन दे विच की पूछा होया, इस क्वेश्चन दे विच पूछा होया कहिंदे इफ वन ऑफ द लाइन, अगर इन्ना ये हुण दो लाइनस ने, इहदे विचों कहिंदे एक लाइन जो है बाइसैक्ट द एंगल बिटवीन द एक्सिस इन द फर्स्ट क्वाड्रेंट। हुण दो लाइनस ने जिहदे विचों एक लाइन बाइसैक्ट करदी है एंगल नूं बिटवीन द एक्सिस, बिटवीन द एक्सिस इन द फर्स्ट क्वाड्रेंट। हुण बिटवीन द एक्सिस दे विच अपने कोल कीड़ी इक्वेशन बनेगी, वाई इज इक्वल्स टू एक्स दी इक्वेशन बनेगी। ठीक है, वेरी सिंपल, बिल्कुल बिटवीन दे विच। तां हुण इहदे विच अगर आपां गल करिए वैल्यू नूं पुट कर सकदे हां इस दे विच, क्योंकि सैटिस्फाई करेगा बाइसैक्ट दा मतलब तां उही हुंदा है टू एच एक्स वाई प्लस बी वाई स्क्यर। तो बिल्कुल इस दे विच आपां वैल्यू नूं पुट करदे हां तां मेरे कोल कितना आ जांदा ए एक्स स्क्यर टू एच एक्स स्क्यर एंड बी एक्स स्क्यर। एक्स स्क्यर नूं कॉमन कढ के खत्म किया तो मेरे कोल कितना बच गया ए प्लस टू एच प्लस बी इज इक्वल्स टू जीरो। ठीक है, बन गया। हुण मैनूं इत्थों ही रिजल्ट मिल गया, समझदार हो किहड़ा मिल गया होएगा ऑप्शन डी। किवें, देखो ए प्लस बी दैट इज इक्वल्स टू माइनस टू एच। ठीक है, दोनों जगह स्केयर किया तो मैनूं मेरा आंसर मिल जाता है। क्लीयर है जी? चलो क्वेश्चन नंबर फोर। सो दिस इज़ ऑलसो फॉर्मूला बेस्ड क्वेश्चन। आपां ने एंगल फाइंड करना है, मैनूं दो लाइनस दित्तियां हुई ने और दोनों लाइनस के विच कहिंदे एंगल कितना बन रहा मैनूं पता होना चाहिए। सो पहली गल तो एंगल का हमेशा फॉर्मूला की हुंदा, दैट इज़ ऑलवेज इक्वल्स टू टैन थीटा एंड टू रूट दे विच हुंदा जी एच स्क्वेयर माइनस ए बी, जिसनों हमेशा डिवाइड किया जाता है ए प्लस बी दे नाल। हुण दिस इज़ माई फॉर्मूला, यू हैव टू लर्न इट, कि थोड़े ये याद होना चाहिए, जे याद नहीं होएगा यू कांट आंसर। ठीक है, तो हुण इहदे विच अगर आपां गल करिए मेरे को ए दी वैल्यू किन्नी है टू है, एच दी वैल्यू मेरे को किन्नी है सैवन बाई टू है क्योंकि मेरे को टू एच हुंदा है, और मेरे को बी दी वैल्यू किन्नी है, मेरे को बी दी वैल्यू थ्री है। फिर करो वैल्यूज़ नूं पुट, तो आंसर दसो जी किन्ना होएगा। मेरे को आंसर होएगा टैन थीटा दैट इज़ इक्वल्स टू टू, स्केयर रूट दे विच मेरे को होएगा एच स्केयर विच इज़ 49/4, डायरेक्ट लिख रही हूँ मैं, ए इंटू बी करांगे तो मेरे को सिक्स आएगा। ठीक है जी, डिवाइड दे विच मेरे को ए प्लस बी करांगे तो फाइव आएगा। चलो हुण इस दे विच अगर आप गल करिए एलसीएम लावांगे बाय फोर आ जाएगा, उन्होंने मैं बाहर ही कढ लैनी हाँ तो मेरे को कितना रह जांदा 49-24। ठीक है, आपस दे विच कैंसल हो जाएंगे डिवाइड बाय फाइव। हुण इन्हां दा अगर मैं माइनस कर दियाँ तो 5/5 आ गया। ठीक है, और 5/5 का मतलब कितना हुंदा 1, और टैन की वैल्यू 1 कदों हुंदी है 45 ते, मतलब केड़ी ऑप्शन सही है ऑप्शन बी। क्लीयर है सारे नूं? सेम यही क्वेश्चन है, सेम तरीके नाल करना है। दिस इज़ माई क्वेश्चन नंबर फाइव। एदे विच भी मैं की करना है फॉर्मूला लगाना है तो आंसर देना है कि की इहदा राइट आंसर होएगा। सो दिस इज़ क्वेश्चन, दिस क्वेश्चन विल इज़ फॉर सॉरी, ये भी फॉर्मूला लगाना है तो मैंने आंसर देना है कि आंसर होएगा। तो ये क्वेश्चन जोड़ा है वो तो सारे वास्ते है, जिदे होमवर्क क्वेश्चन करके मैनू कमेंट के आंसर दसना है कि केड़ा यदा राइट आंसर होने वाला है। जेकर तुम नहीं दसते तो मतलब तुम कुछ नहीं कर रहे। ठीक है, सो ये मैं मान लेना। चलो अगे चलते हैं क्वेश्चन नंबर सिक्स। ये हैगा जी क्वेश्चन नंबर सिक्स। ठीक है, हुण अगर आप गल करिए इस क्वेश्चन के किया हुआ द अक्यूट एंगल बिटवीन द लाइनस। हुण देखो एक मैनू पेयर ऑफ लाइनस दिता हुआ, कहिंदे इन्हां दे विच जिहड़ा अक्यूट एंगल बन रहा है इज़ कॉन्ग्रुएंट टू द एंगल बिटवीन। हुण मैनू दो पेयर ऑफ लाइनस दिते हुए ने, एक ए दिता हुआ है
और दूसरा यह दिता होया। इन्हों दोनों के भी दो लाइनज़ ने जिदे कोई ना कोई एंगल बन रहा होएगा, ये भी दो लाइनज़ ने जिस कोई ना कोई एंगल बन रहा होएगा। मैं लैट कर लैनी हाँ ये थीटा वन बन रहा और मैं लैट कर लैनी हाँ भी ये थीटा टू बन रहा। अगर ये दोनों ही एंगल आपस कॉन्कूरेंट ने तेरा मतलब की हो जाता है थीटा वन तो थीटा टू आपस के होगे कॉन्कूरेंट होगे मतलब इक्वल होगे। ठीक है, तो हूँ इक्वल का मतलब की है कि मैं ये उपर दोनों उपर सिंपल भाषा दोनों उपर की लगाव फॉर्मूला लगा दा तो इक्को रख ला। ठीक है, उतो मेरे को वैल्यू आ जाएगी। हूँ जो मैं ये उपर फॉर्मूला लगा रही हाँ तो मेरे को फॉर्मूला की लग रहा है टू रूट एच स्क्यर माइनस ए बी डिवाइड बाय ए बी ए प्लस बी। क्यों? क्योंकि ये कोई वैल्यू मैंने गिवन ही नहीं हैगी, सारे ही वेरीएबल्स ने। और दूसरी तरफ जो मैं फॉर्मूला लगा रही हाँ तो मेरे को बन रहा है टू एच स्क्यर मेरे को कि है वही 49/4 आ जाएगा। ठीक है, माइनस ए इंटू बी करांगे तो मेरे को 12 आ जाएगा और डिवाइड बाय ए प्लस बी करांगे तो मेरे को 7 आ जाएगा। ठीक है, इसमें सॉल्व करते देखो टू नाल टू खत्म कर देने तो स्क्यर रूट के मेरे को आ जाता है एच स्क्यर माइनस ए प्लस माइनस ए बी डिवाइड बाय ए प्लस बी जो कि मेरे को चलो इतने मैं 1/2 लिख लैनी हाँ 1/2 इंटू 7 और स्क्यर रूट के मेरे को आएगा 49-48 है ना। उपर मेरे को सोल्व करने तो बाद 1 आ गया तो मतलब मेरे को 1/14 रह गया। ठीक है, तो बस फिर ठीक है मैं लगता काफ़ी हद तक जो आंसर है वह मिल ही गया और कुछ बचता नहीं है ये। ओके बिल्कुल सही है जी, ऑप्शन बी मैंने दिखता पे है क्योंकि 14 देखो मैनू कितना कितने की करना पैना स्केयर करना पैना ता ही मेरे को इधर आएगा। ठीक है, अगर मैं इधर ले जानी हाँ तो मेरे को कितना बचता है 14 रूट दे विच एच स्केयर माइनस ए बी दैट इज़ इक्वल्स टू ए प्लस बी दोनों जगह पर स्केयर करांगे तो इधर स्केयर होएगा ता ही इसका स्केयर रूट कैंसल होएगा और ता ही इसका स्केयर होएगा। सो इतने भी स्केयर है मतलब ऑप्शन बी इज़ द राइट आंसर। समझ आ गया, क्लियर है जी। चलो ये अपना क्वेश्चन नंबर 6 तो हूँ चलते हैं क्वेश्चन नंबर 7 के उपर। हाँ जी, क्वेश्चन नंबर 7 के देखो कि दिता हुआ इफ़ द स्लोप हूँ कहते यदी किसी एक लाइन की स्लोप के टाइम्स दूसरी का है मतलब जेकर तुहाडे कोले दो लाइनज़ ने अगर एक दी स्लोप एम है तो दूसरी दी स्लोप के इंटू एम है। समझ आ गया, एक दी स्लोप एम है तो दूसरी दी स्लोप के एम है तो दूसरों जिन्हें चारों के विचों केड़ी कंडीशन होल्ड होंदी है। हुण मैं तुहानू ये चीज़ ऑलरेडी करवाई हुई है प्रीवियस क्लास के विच कि स्लोप्स का जिहड़ा एडिशन है वह मेरे को माइनस टू एच बाय बी दे इक्वल हुंदा और स्लोप्स की जो मल्टीप्लीकेशन है वह मेरे को ए बाय बी दे इक्वल हुंदी है। तो हुण आपां इत्थे यही रिजल्ट यूज़ करांगे। हुण देखो जी इत्थे चलो मैं एम नूं कॉमन कढ लैनी आ तो मेरे को 1+KM जो है और माइनस टू एच देखो मेरे को वैल्यूज़ तो कोई गिवन नहीं है तो उही लैके चलांगे। इत्थे मेरे को एम स्क्वायर के जो है वह मेरे को ए बाय बी दे इक्वल हुंदा है। मैनूं ना चाहते हुए भी इत्थे स्क्वायर करना पएगा द रीज़न बिहाइंड ताकि मैं क्वेश्चन नूं सोल्व कर सकां। ठीक है, हुण मैं बिल्कुल वैल्यू इहदे विच पुट कर दिंदी हाँ। ठीक है, वैल्यू देखो मेरे को कितना आ जाएगा एम स्केयर की वैल्यू कढ लें तो मेरे को कितना आ जाता है ए बाय बी के नाल मेरे को आ जाता है 1+K² दैट इज़ इक्वल्स टू 4H² / B² तो एक बी नाल एक बी भी कैंसल हो जाएगा। ठीक है, इन्हें थोड़ा बहुत होर सोल्व करना पड़ेगा तो मेरे को ए बी इंटू 1+K² की जो वैल्यू है वो मेरे को 4H² के इक्वल आ जाती है। तो आई थिंक सो मैनू आंसर मिल गया काफ़ी हद तक। ओके, के वी इधर मल्टीप्लाई होएगा तो एक के वी आ जाएगा। ओके, ऑप्शन सी इज़ द राइट आंसर। ठीक है, सो जो देखने दे विच कॉम्प्लीकेशन लग कॉम्प्लीकेटेड लग रहा है बट है नहीं। अगे चलते हैं क्वेश्चन नंबर 8 के उपर। हाँ जी, यह है क्वेश्चन नंबर 8 बाय मिसटेक ऑप्शन नहीं लग सकिया बट डोंट वरी आप क्वेश्चन कर लें। द एंगल 2θ इज़ अक्यूट दैन द एंगल बिटवीन कहते यह जी ये दो एंगल बन रहा होएगा वो एंगल दसो। हूँ एंगल का फॉर्मूला तो आप आता है हूँ इतने ऑलरेडी थीटा वर्ड जोड़ा है वो यूज़ हो रहा है सो दैट इज़ वाई मैं थीटा की जगह पर कोई होर वर्ड यूज़ करना प्रैफर करांगी कोई भी लै लो तुम अल्फा या बीटा। ठीक है, सो मेरे को किसके कोल हुंदा है 2H² हूँ एच स्क्र मतलब कोस है ना कोस स्क्र माइनस ए इंटू बी ए की वैल्यू किन्नी है मेरे कोस थीटा माइनस साइन थीटा और बी की वैल्यू मेरे कोस थीटा प्लस साइन थीटा। हूँ थोड़े जो तो पहला स्टैप किया
ਉਦੋਂ ਹੀ ਤੁਹਾਨੂੰ ਸਮਝ ਆ ਗਿਆ ਕਿ ਇਹ ਜਿੰਨਾ ਲੈਂਥੀ ਦਿਖਾਇਆ ਹੋਇਆ ਉਨਾ ਹੈ ਨਹੀਂ। ਔਰ ਡਿਵਾਈਡ ਦੇ ਵਿੱਚ ਹੁੰਦਾ ਏ ਪਲੱਸ ਬੀ, ਤਾਂ ਬਿਲਕੁਲ ਕੋਸ ਥੀਟਾ ਮਾਈਨਸ ਸਾਈਨ ਥੀਟਾ। ਹੁਣ ਇੱਕ ਵਾਰੀ ਮੈਂ ਤੁਹਾਡੇ ਸਾਹਮਣੇ ਲਿਖ ਰਹੀ ਹਾਂ, ਪਰ ਤੁਸੀਂ ਸਮਝਦਾਰ ਹੋ ਵੀ ਇੰਨਾ ਲਿਖਣ ਵਾਲਾ ਵੀ ਕੁਸ਼ਚਨ ਹੈ ਨਹੀਂ, ਹੈ ਨਾ, ਕਿਉਂਕਿ ਇਹਦੇ ਵਿੱਚ ਹਾਫ ਤੋਂ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਉਹ ਕੈਂਸਲ ਹੋ ਰਹੀਆਂ ਨੇ। ਅਤੇ ਇੱਥੇ ਵੀ ਮੇਰੇ ਕੋਲ ਕੀ ਲੱਗ ਜਾਏਗਾ, ਕੋਸ ਸਕੇਅਰ ਮਾਈਨਸ ਸਾਈਨ ਸਕੇਅਰ ਲੱਗ ਜਾਏਗਾ। ਕੋਸ ਸਕੇਅਰ ਮਾਈਨਸ ਸਾਈਨ ਸਕੇਅਰ ਲਗਾਵਾਂਗੇ ਤਾਂ ਮੇਰੇ ਕੋਲ ਕੋਸ ਸਕੇਅਰ ਨਾਲ ਕੋਸ ਸਕੇਅਰ ਕੈਂਸਲ ਹੋ ਜਾਏਗਾ, ਤਾਂ ਮੇਰੇ ਕੋਲ ਓਵਰਆਲ ਟੈਨ ਅਲਫਾ ਜੋ ਹੈ ਉਹ ਕਿਸਦੇ ਕੋਲ ਆ ਗਿਆ, ਇੱਥੇ ਮੇਰੇ ਕੋਲ ਹੈਗਾ। ਹੁਣ ਦੇਖੋ ਮੇਰੇ ਕੋਲ ਕਿੰਨਾ ਬਚਿਆ, ਰੂਟ ਦੇ ਵਿੱਚ ਸਾਈਨ ਸਕੇਅਰ ਬਚ ਗਿਆ, ਮਤਲਬ ਰੂਟ ਤੋਂ ਹਟਾਵਾਂਗੇ ਤਾਂ ਇਕੱਲਾ ਸਾਈਨ ਥੀਟਾ। ਉਵੇਂ ਡਿਵਾਈਡ ਦੇ ਵਿੱਚ ਬਚ ਗਿਆ ਮੇਰੇ ਕੋਲ 2 ਕੋਸ ਥੀਟਾ, ਮਤਲਬ ਓਵਰਆਲ ਜੋ ਐਂਗਲ ਮੈਨੇ ਫਾਇੰਡ ਕਰਨਾ ਹੈ ਉਹ ਮੇਰੇ ਕੋਲ ਥੀਟਾ ਦੇ ਇਕੁਅਲ ਹੀ ਆ ਗਿਆ। ਕਿਉਂ? ਕਿਉਂਕਿ ਇੱਥੇ ਮੇਰੇ ਕੋਲ ਟੈਨ ਥੀਟਾ ਬਣੇਗਾ, ਟੈਨ ਨਾਲ ਟੈਨ ਇਲੀਮੀਨੇਟ, ਤਾਂ ਮਤਲਬ ਜੋ ਐਂਗਲ ਮੈਨੇ ਫਾਇੰਡ ਕਰਨਾ ਉਹ ਥੀਟਾ ਦੇ ਇਕੁਅਲ ਹੀ ਆ ਗਿਆ, ਆਪਸ਼ਨਸ ਦੇ ਵਿੱਚ ਹੋਏਗਾ, ਸੋ ਆਪਾਂ ਕਰ ਲਾਂਗੇ। ਠੀਕ ਹੈ ਜੀ, ਚਲੋ ਇਹ ਹੈਗਾ ਕੁਸ਼ਚਨ ਨੰਬਰ 9। ਹੁਣ ਇਹ ਵੀ ਪ੍ਰੋਪਰ ਕੀ ਕਰਨਾ ਹੈ, ਫੋਰਮੂਲਾ ਯੂਜ਼ ਕਰਨਾ ਹੈ ਅਤੇ ਆਨਸਰ ਦੇਣਾ ਹੈ, ਕਿਉਂਕਿ ਇਹਦੇ 'ਚ ਆਪਾਂ ਕਰਨਾ ਹੈ ਪਤਾ ਡਿਸਟੈਂਸ। ਡਿਸਟੈਂਸ ਫੋਰਮੂਲਾ ਲਗਾਵਾਂਗੇ ਅਤੇ ਡਿਸਟੈਂਸ ਫੋਰਮੂਲਾ ਕਿਹੜਾ ਹੁੰਦਾ ਇਹ ਆਪਾਂ ਆਲਰੇਡੀ ਪੜ੍ਹਿਆ ਹੋਇਆ, ਸਮਝਿਆ ਹੋਇਆ। ਡਿਸਟੈਂਸ ਜਦੋਂ ਆਪਾਂ ਪਤਾ ਕਰਨਾ ਹੁੰਦਾ ਤਾਂ ਆਪਾਂ ਕਿਹੜਾ ਫੋਰਮੂਲਾ ਲਗਾਉਂਦੇ ਹਾਂ ਜੀ, ਯਾਦ ਹੋਵੇ ਤੁਹਾਡੇ, 2 ਰੂਟ ਜੀ ਸਕੇਅਰ ਮਾਈਨਸ ਏ ਸੀ ਡਿਵਾਈਡ ਬਾਏ ਏ ਇੰਟੂ ਏ ਪਲੱਸ ਬੀ। ਐਮ ਆਈ ਰਾਈਟ ਔਰ ਰੋਂਗ? ਚਲੋ ਤਾਂ ਹੁਣ ਇਹਦੇ ਵਿੱਚ ਆਪਾਂ ਉਹੀ ਫੋਰਮੂਲਾ ਲਗਾਵਾਂਗੇ, ਇੱਥੇ ਸੋਲਵ ਕਰ ਰਹੀ ਹਾਂ ਮੈਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਤਾਂ 2 ਰੂਟ ਦੇ ਵਿੱਚ ਹੈ ਜੀ ਸਕੇਅਰ। ਜੀ ਮੇਰੇ ਕੋਲ ਕੀ ਹੁੰਦਾ, ਕੋਫੀਸ਼ੀਐਂਟ ਆਫ ਐਕਸ, ਜੋ ਕਿ ਮੇਰੇ ਕੋਲ 2gx ਹੁੰਦਾ ਨਾ, ਅਤੇ ਇੱਥੇ ਮੇਰੇ ਕੋਲ ਕਿੰਨਾ ਆ ਜਾਏਗਾ, 3/2 ਆ ਜਾਏਗਾ, ਹੈ ਨਾ। ਸੋ 3/2 ਨੂੰ ਆਪਾਂ ਕਰਾਂਗੇ 9/4 ਹੋ ਗਿਆ। ਏ ਇੰਟੂ ਸੀ, ਏ ਮੇਰੇ ਕੋਲ 1 ਹੈ, ਸੀ ਮੇਰੇ ਕੋਲ ਮਾਈਨਸ 4 ਹੈ, ਤਾਂ ਮਾਈਨਸ ਮਾਈਨਸ ਪਲੱਸ ਹੋ ਗਿਆ। ਡਿਵਾਈਡ ਬਾਏ ਏ ਮੇਰੇ ਕੋਲ 1 ਹੈ ਐਂਡ 1+4। ਸੋ ਇੱਕ ਚੀਜ਼ ਤਾਂ ਕਲੀਅਰ ਹੈ ਕਿ ਡਿਵਾਈਡ ਦੇ ਵਿੱਚ ਰੂਟ 5 ਆਉਣ ਵਾਲਾ ਹੈ, ਹੈ ਨਾ। ਜੇਕਰ ਡਿਵਾਈਡ ਦੇ ਵਿੱਚ ਰੂਟ 5 ਆਉਣ ਵਾਲਾ ਤਾਂ ਕੁਛ ਕੁ ਆਪਸ਼ਨਸ ਨੇ ਜਿਹੜੀਆਂ ਇੱਥੇ ਹੀ ਜਿਹੜੀਆਂ ਇਲੀਮੀਨੇਟ ਹੋ ਜਾਂਦੀਆਂ ਨੇ। ਚਲੋ ਫਿਰ ਵੀ ਆਪਾਂ ਕਰ ਲੈਂਦੇ ਹਾਂ, ਜਿਹੜੇ ਰੂਟ 2 ਨਾਲ ਆਨਸਰ ਦੇ ਰਹੇ ਨੇ ਉਹ ਤਾਂ ਖਤਮ ਹੀ ਨੇ। ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਹਾਂ ਸੋਰੀ, ਰੂਟ 2 ਵਾਲੇ ਜਿਹੜੇ ਹੈਗੇ ਨੇ ਉਹ ਤਾਂ ਖਤਮ ਹੀ ਨੇ, ਹੈ ਨਾ, ਬਾਕੀ ਆਪਾਂ ਦੇਖ ਲੈਂਦੇ ਹਾਂ। ਹੁਣ ਇਹਨੂੰ ਅਗਰ ਆਪਾਂ ਗੱਲ ਕਰੀਏ, 2 ×(5) ਹੈ, ਔਰ ਇੱਥੇ ਮੇਰੇ ਕੋਲ ਬਚ ਜਾਂਦਾ ਹੈ ਐਲਸੀਅਮ ਲੈ ਕੇ, ਦੇਖੋ ਨੀਚੇ 2 ਤਾਂ ਮੈਂ ਕੱਢ ਹੀ ਲੈਣਾ, ਔਰ ਇੱਥੇ ਮੇਰੇ ਕੋਲ ਕਿੰਨਾ ਰਹਿ ਜਾਏਗਾ, 9+16 ਜੋ ਕਿ 5 ਹੀ ਰਹਿ ਜਾਏਗਾ। 5 ਨਾਲ 5 ਗਿਆ, 2 ਨਾਲ 2 ਗਿਆ, ਇਹ ਕਿਆ ਹੋ ਗਿਆ, ਡਿਵਾਈਡ ਦੇ ਵਿੱਚ ਵੀ ਰੂਟ ਹੁੰਦਾ ਮੇ ਵੀ। ਹਾਂਜੀ ਹਾਂ, ਸੋਰੀ, ਉਹ ਜੋ ਰੂਟ ਹੈ ਆਪਣੇ ਕੋਲ ਪ੍ਰੋਪਰ ਹੁੰਦਾ, ਡਿਵਾਈਡ ਦੇ ਵਿੱਚ ਵੀ ਰੂਟ ਹੁੰਦਾ, ਸੋ ਇਸ ਚੀਜ਼ ਨੂੰ ਕਰੈਕਟ ਕਰ ਲਿਓ, ਤਾਂ ਬਿਲਕੁਲ ਆਪਣੇ ਕੋਲ ਨੀਚੇ ਵੀ √5 ਆਏਗਾ, ਤਾਂ 1 ×5 ਨਾਲ 5 ਕੱਟਾਂਗੇ ਤਾਂ ਮੇਰੇ ਕੋਲ ਕੀ ਆ ਜਾਏਗਾ, 5/√5, ਜੋ ਕਿ ਸੋਲਵ ਕਰਕੇ ਮੇਰੇ ਕੋਲ ਕਿੰਨਾ ਆ ਗਿਆ, ਆਪਸ਼ਨ ਏ। ਕਲੀਅਰ ਹੈ ਜੀ, ਓਕੇ ਹੈ ਸਭ ਨੂੰ? ਚਲੋ ਅੱਗੇ ਚੱਲਦੇ ਹਾਂ ਕੁਸ਼ਚਨ ਨੰਬਰ 10 ਦੇ ਉੱਪਰ। ਇਹ ਹੈਗਾ ਆਪਣਾ ਕੁਸ਼ਚਨ ਨੰਬਰ 10। ਹਾਂਜੀ, ਇਸ ਕੁਸ਼ਚਨ ਦੇ ਵਿੱਚ ਦੇਖੋ, ਦ ਸਲੋਪ ਆਫ ਹੁਣ ਦੇਖੋ ਇਹ ਬਿਲਕੁਲ ਸੇਮ ਕੁਸ਼ਚਨ ਨਹੀਂ ਹੈ ਜੋ ਆਪਾਂ ਪਿੱਛੇ ਕਰਕੇ ਆਏ ਹਾਂ, ਜਿਹਦੇ ਵਿੱਚ ਆਪਾਂ ਕੇ ਦੇ ਅਕੋਰਡਿੰਗ ਸੋਲਵ ਕੀਤਾ ਸੀਗਾ ਇਹ ਵਾਲਾ ਕੁਸ਼ਚਨ। ਇਹਦੇ ਵਿੱਚ ਕਿਹਾ ਸੀ ਇੱਕ ਸਲੋਪ ਦੂਸਰੀ ਸਲੋਪ ਦਾ ਕੇ ਟਾਈਮਸ ਹੈ, ਅਤੇ ਉਹਦੇ ਤੋਂ ਮੈਨੇ ਆਹ ਰਿਜ਼ਲਟ ਕੱਢਿਆ ਸੀ। ਹੁਣ ਇਹੀ ਰਿਜ਼ਲਟ ਮੈਂ ਡਾਇਰੈਕਟ ਯੂਜ਼ ਕਰਕੇ ਕੇ ਦੀ ਵੈਲਿਊ ਕਿੰਨੀ ਪੁੱਟ ਕਰਾਂਗੀ, 5 ਪੁੱਟ ਕਰਾਂਗੀ, ਅਤੇ ਜਿਹਦੇ ਨਾਲ ਮੈਨੂੰ ਛੇਤੀ ਆਨਸਰ ਮਿਲ ਜੂਗਾ, ਹੈ ਨਾ। ਤਾਂ ਹੁਣ ਇਹਦੇ ਵਿੱਚ ਦੇਖੋ ਮੇਰੇ ਕੋਲ ਕੀ ਹੈਗਾ ਕਿ ਮੇਰੇ ਕੋਲ ਕੀ ਰਿਜ਼ਲਟ ਆਇਆ ਸੀ, ਏ ਬੀ ਇੰਟੂ 1+k². ਹੁਣ ਇਹ ਤੁਹਾਡੇ ਕੋਲ ਇੱਕ ਤਰੀਕੇ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਨਾ ਟ੍ਰਿਕਸ ਮੈਮ, ਅਤੇ ਟ੍ਰਿਕ ਹੀ ਬਣ ਗਈ ਹੈ, ਜਿਹਦੇ ਵਿੱਚ ਤੁਸੀਂ ਅਗਰ ਇੱਕ ਸਲੋਪ ਦੂਸਰੀ ਸਲੋਪ ਦਾ ਕੁਛ ਟਾਈਮਸ ਦਿੱਤਾ ਹੋਇਆ, ਜਿਵੇਂ 1/2 ਟਾਈਮਸ, 5 ਟਾਈਮਸ, 10 ਟਾਈਮਸ, ਉੱਥੇ ਕੇ ਦੀ ਵੈਲਿਊ ਤੁਸੀਂ ਉਵੇਂ ਪੁੱਟ ਕਰ ਸਕਦੇ ਹੋ। ਤਾਂ ਹੁਣ ਇੱਥੇ ਮੈਂ ਪੁੱਟ ਕੀਤੀ ਤਾਂ ਮੇਰੇ ਕੋਲ ਕਿੰਨਾ ਆ ਗਿਆ, ਸਭ ਤੋਂ ਪਹਿਲਾਂ ਗੱਲ ਤਾਂ 6 ਦਾ ਸਕੇਅਰ ਹੋਏਗਾ, 36 AB, ਵਿਚ ਇਜ਼ ਇਕੁਅਲਸ ਟੂ 4×5 = 20 h². ਠੀਕ ਹੈ, ਤਾਂ ਇਹਨੂੰ ਥੋੜ੍ਹਾ ਬਹੁਤ ਆਪਾਂ ਇਵੈਲੂਏਟ ਕਰਾਂਗੇ, ਜਿੰਨਾ ਵੀ ਹੁੰਦਾ ਤਾਂ 5, ਇੱਥੇ ਤਾਂ 5 ਆ ਜਾਏਗਾ, ਠੀਕ ਹੈ, 4 ਦੇ ਟੇਬਲ 'ਤੇ ਇੱਥੇ ਮੇਰੇ ਕੋਲ 9 ਆ ਜਾਏਗਾ, ਤਾਂ 9 AB ਐਂਡ 5 h² ਵਿਚ ਇਜ਼ ਆਪਸ਼ਨ ਏ। ਡਨ? ਚਲੋ
ਅੱਗੇ ਚੱਲਦੇ ਹਾਂ ਜੀ ਕੁਸ਼ਚਨ ਨੰਬਰ 11 ਦੇ ਉੱਪਰ। ਕਹਿੰਦੇ ਇਹ ਜਿਹੜੀਆਂ ਲਾਈਨਸ ਨੇ ਇਹ ਕਿਹਨੂੰ ਰੀਪ੍ਰਜੈਂਟ ਕਰ ਰਹੀਆਂ ਨੇ ਇਹਨਾਂ ਦੇ ਵਿੱਚੋਂ। ਹੁਣ ਦੇਖੋ ਇਹਨਾਂ ਦੇ ਵਿੱਚੋਂ ਮੈਂ ਕੀ ਕਰਾਂਗੀ, ਬਾਈ ਆਪਸ਼ਨ ਹੀ ਕੁਸ਼ਚਨ ਕਰੂੰਗੀ। ਬਾਈ ਆਪਸ਼ਨ ਕਿਵੇਂ ਕਰਾਂਗੇ ਆਪਾਂ, ਆਪਸ਼ਨਸ ਨੂੰ ਚੱਕਾਂਗੇ, ਮਲਟੀਪਲਾਈ ਕਰਕੇ ਦੇਖਾਂਗੇ, ਜਿੱਥੇ ਮੇਰੇ ਕੋਲ ਇਹ ਆਂਸਰ ਆ ਗਿਆ ਉਹੀ ਮੇਰਾ ਰਾਈਟ ਆਂਸਰ ਹੈ। ਠੀਕ ਹੈ, ਹੁਣ ਤੁਸੀਂ ਸੋਚੋਗੇ ਮੈਮ ਇੰਨਾ ਕੁਛ ਕਰਨਾ, ਨਹੀਂ ਤੁਸੀਂ ਤੁਹਾਨੂੰ ਮੋਸਟਲੀ ਇੱਕ ਜਾਂ ਦੋ ਆਪਸ਼ਨ ਕਰਕੇ ਆਂਸਰ ਮਿਲ ਜੂਗਾ, ਕਿਉਂਕਿ ਜ਼ਿਆਦਾਤਰ ਨੇ ਜਿਹੜੇ ਉਹ ਵੇਰੀਏਬਲ ਸੇਮ ਨੇ, 1-1 ਹੀ ਹੈ ਸਭ ਦਾ ਕੋਫੀਸ਼ੀਐਂਟ, ਹੈ ਨਾ, ਕੋਂਸਟੈਂਟ ਦਾ ਇਕੱਲੇ ਦਾ ਫਰਕ ਪੈ ਰਿਹਾ, ਤਾਂ ਇੰਨਾ ਕੋਈ ਕਨਫਿਊਜ਼ਨ ਨਹੀਂ ਹੋਣੀ। ਚਲੋ ਮੈਂ ਆਪਸ਼ਨ ਏ ਲੈ ਲੈਂਦੀ ਹਾਂ, ਐਕਸ ਪਲੱਸ ਵਾਈ ਮਾਈਨਸ 1, ਜਿਸ ਨੂੰ ਮੈਨੇ ਮਲਟੀਪਲਾਈ ਕਰਨਾ ਹੈ ਐਕਸ ਮਾਈਨਸ ਵਾਈ ਪਲੱਸ 2 ਦੇ ਨਾਲ। ਦੇਖਦੇ ਹਾਂ ਜੀ ਆਂਸਰ ਬਣਦਾ ਜਾਂ ਨਹੀਂ। ਐਕਸ ਸਕੇਅਰ ਮਾਈਨਸ ਐਕਸ ਵਾਈ ਐਂਡ ਪਲੱਸ 2x ਪਲੱਸ ਐਕਸ ਵਾਈ ਮਾਈਨਸ ਵਾਈ ਸਕੇਅਰ ਪਲੱਸ 2y ਮਾਈਨਸ ਐਕਸ ਪਲੱਸ ਵਾਈ ਐਂਡ ਮਾਈਨਸ 2। ਠੀਕ ਹੈ, ਚਲੋ ਪਿੱਛੇ ਵਾਲਾ ਮਾਈਨਸ 2 ਤਾਂ ਮੈਚ ਹੈ। ਅਗਰ ਆਪਾਂ ਨੈਕਸਟ ਗੱਲ ਕਰੀਏ ਤਾਂ ਐਕਸ ਸਕੇਅਰ ਮਾਈਨਸ ਵਾਈ ਸਕੇਅਰ, ਠੀਕ ਹੈ ਚਲੋ ਇਹ ਵੀ ਮੈਚ ਕਰ ਰਿਹਾ, ਤਿੰਨ ਚੀਜ਼ਾਂ ਮੈਚ ਕਰ ਰਹੀਆਂ ਨੇ। ਉਸ ਤੋਂ ਬਾਅਦ ਆ ਗਿਆ ਮਾਈਨਸ ਐਕਸ ਵਾਈ ਪਲੱਸ ਐਕਸ ਵਾਈ, ਇਹ ਆਪਸ ਦੇ ਵਿੱਚ ਕੈਂਸਲ ਹੋ ਜਾਣਗੇ, ਐਕਸ ਵਾਲੀ ਟਰਮ ਹੈ ਵੀ ਨਹੀਂ। 2x ਮਾਈਨਸ ਐਕਸ ਕਰਾਂਗੇ ਤਾਂ ਮੇਰੇ ਕੋਲ ਉਰੇ ਪਲੱਸ ਦਾ ਐਕਸ ਆ ਰਿਹਾ, ਬਟ ਮੈਨੂੰ ਕਿਹਦਾ ਚਾਹੀਦਾ, ਮਾਈਨਸ ਦਾ ਚਾਹੀਦਾ। ਸੋ ਇੱਕ ਚੀਜ਼ ਤਾਂ ਇੱਥੋਂ ਹੀ ਖਤਮ ਹੋ ਜਾਂਦੀ ਹੈ। ਠੀਕ ਹੈ, ਹੁਣ ਤੁਸੀਂ ਜਦੋਂ ਅੱਗੇ ਦੇਖੋਗੇ ਤਾਂ ਇੱਥੇ ਤੁਹਾਡੇ ਕੋਲ ਸੇਮ ਇਹਦੇ ਨਾਲ ਦੀ ਹੋਰ ਕਿਹੜੀ ਆਪਸ਼ਨ ਹੈ ਉਹਨੂੰ ਚੱਕ ਲਓ। ਠੀਕ ਹੈ, ਸੋ ਇੱਥੇ ਕੀ ਹੈ, ਐਕਸ ਪਲੱਸ ਵਾਈ ਪਲੱਸ 1 ਹੈ, ਇੱਥੇ ਇਕੱਲਾ ਪਲੱਸ 1 ਕਰ ਲਓ। ਠੀਕ ਹੈ, ਇੱਥੇ ਐਕਸ ਮਾਈਨਸ ਵਾਈ ਮਾਈਨਸ 2 ਹੈ, ਤਾਂ ਸਾਰਾ ਫਰਕ ਨਹੀਂ ਪਾਉਣਾ ਆਪਾਂ, ਜਿੱਥੇ ਜਿੱਥੇ ਚੇਂਜ ਹੋਇਆ ਉੱਥੇ ਉੱਥੇ ਹੀ ਚੇਂਜ ਕਰਨਾ। ਸੋ ਐਕਸ ਨੂੰ ਐਕਸ ਨਾਲ ਕਰਾਂਗੇ, ਐਕਸ ਮਾਈਨਸ ਵਾਈ, ਹੁਣ ਇੱਥੇ ਮੇਰੇ ਕੋਲ ਕਿੰਨਾ ਹੋ ਜਾਏਗਾ, ਮਾਈਨਸ 2x ਹੋ ਜਾਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਐਕਸ ਵਾਈ ਮਾਈਨਸ ਵਾਈ ਸਕੇਅਰ, ਠੀਕ ਹੈ, ਔਰ ਇੱਥੇ ਵੀ ਮੇਰੇ ਕੋਲ ਕਿੰਨਾ ਹੋ ਜਾਏਗਾ, ਮਾਈਨਸ 2 ਹੋ ਜਾਏਗਾ, ਸਿਰਫ ਸਿੰਬਲ ਚੇਂਜ ਹੋ ਰਹੇ ਨੇ ਦੇਖੋ। ਠੀਕ ਹੈ, ਇੱਥੇ ਮੇਰੇ ਕੋਲ ਪਲੱਸ ਆ ਗਿਆ ਔਰ ਇੱਥੇ ਮੇਰੇ ਕੋਲ ਮਾਈਨਸ ਆ ਗਿਆ, ਨੈਕਸਟ ਫਿਰ ਮੇਰੇ ਕੋਲ ਮਾਈਨਸ ਹੀ ਹੈ। ਠੀਕ ਹੈ, ਤਾਂ ਹੁਣ ਦੇਖੋ ਜੀ ਮਾਈਨਸ 2 ਹੈ, ਚਲੋ ਠੀਕ ਹੈ, ਪਲੱਸ ਮਾਈਨਸ ਨਾਲ ਫਿਰ ਵੀ ਖਤਮ ਹੀ ਹੋ ਰਿਹਾ। ਮਾਈਨਸ 2x ਅਤੇ ਮਾਈਨ ਪਲੱਸ ਐਕਸ ਕਰਾਂਗੇ ਤਾਂ ਫਿਰ ਮੇਰੇ ਕੋਲ ਸਹੀ ਆ ਰਿਹਾ। ਠੀਕ ਹੈ, ਇਹ ਵੀ ਮੈਚ ਕਰ ਗਿਆ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਹੁਣ ਵਾਈ ਵਾਲੇ ਦੀ, ਤਾਂ ਮੇਰੇ ਕੋਲ ਮਾਈਨਸ 3y ਆ ਰਿਹਾ, ਜਦਕਿ ਮੈਨੂੰ ਪਲੱਸ ਦਾ 3y ਚਾਹੀਦਾ, ਮਤਲਬ ਆਪਸ਼ਨ ਬੀ ਵੀ ਸਹੀ ਨਹੀਂ ਹੈਗੀ। ਠੀਕ ਹੈ, ਸੋ ਇਸ ਤਰੀਕੇ ਨਾਲ ਤੁਸੀਂ ਬਾਕੀ ਦੋ ਆਪਸ਼ਨਸ ਨੂੰ ਵੀ ਚੈੱਕ ਕਰ ਸਕਦੇ ਹੋ ਅਤੇ ਦੱਸੋਗੇ ਵੀ ਕਿਹੜਾ ਆਪਸ਼ਨ ਸਹੀ ਹੈ। ਤਾਂ ਮੈਂ ਹੁਣ ਤੈਨੂੰ ਇੱਥੇ ਦੱਸ ਦੇਵਾਂ ਕਿ ਆਪਸ਼ਨ ਡੀ ਸਹੀ ਹੈ ਇਹਦੇ ਵਿੱਚੋਂ, ਜਿਹੜਾ ਕਿ ਪ੍ਰੋਪਰਲੀ ਸੈਟਿਸਫਾਈ ਕਰੇਗਾ, ਹੋਰ ਕੋਈ ਆਪਸ਼ਨ ਸਹੀ ਨਹੀਂ ਹੈਗਾ। ਕਲੀਅਰ ਹੈ, ਓਕੇ ਹੈ ਸਾਰਾ ਕੁਛ। ਹੁਣ ਸਾਨੂੰ ਕਿਵੇਂ ਪਤਾ ਲੱਗਿਆ, ਦੇਖੋ ਇਹਦੇ ਵਿੱਚ ਮੈਨੇ ਜਦੋਂ ਇਹਨੂੰ ਸੋਲਵ ਕੀਤਾ, ਐਸਟੀਮੇਟ ਲਗਾਇਆ, ਕੀ ਐਸਟੀਮੇਟ ਲਗਾਇਆ, ਦੇਖੋ ਇੱਥੇ ਐਕਸ ਸਕੇਅਰ ਬਣੇਗਾ, ਮਾਈਨਸ ਵਾਈ ਸਕੇਅਰ ਬਣੇਗਾ, ਮਾਈਨਸ 2 ਬਣੇਗਾ। ਠੀਕ ਹੈ, ਤਾਂ ਕਨਫਿਊਜ਼ਨ ਕਿੱਥੇ ਹੋ ਰਹੀ ਹੈ, ਮਾਈਨਸ ਐਕਸ ਅਤੇ ਮਾਈਨਸ 3y 'ਤੇ, ਬਸ ਉਹੀ ਆਪਾਂ ਦੇਖਣਾ। ਠੀਕ ਹੈ ਜੀ, ਕਲੀਅਰ ਹੈ, ਸੋ ਡੀ ਇਜ਼ ਦ ਰਾਈਟ ਆਂਸਰ। ਚਲੋ ਅੱਗੇ ਚੱਲਦੇ ਹਾਂ ਕੁਸ਼ਚਨ ਨੰਬਰ 12 ਦੇ ਉੱਪਰ। ਹਾਂਜੀ, ਇਹ ਕੁਸ਼ਚਨ ਦੇ ਵਿੱਚ ਦੇਖੋ ਆਪਾਂ ਨੂੰ ਕੀ ਦਿੱਤਾ ਹੋਇਆ। ਕਹਿੰਦੇ ਦ ਕੰਬਾਈਂਡ ਇਕੁਏਸ਼ਨ ਆਫ ਪੇਅਰ ਆਫ ਲਾਈਨਸ ਪਰਪੈਂਡੀਕੁਲਰ ਟੂ ਦਾ, ਕਹਿੰਦੇ ਕੰਬਾਈਂਡ ਇਕੁਏਸ਼ਨ ਦੱਸਣੀ ਹੈ ਉਹਨਾਂ ਲਾਈਨਸ ਦੀ ਜਿਹੜੀਆਂ ਕਿ ਇਸ 'ਤੇ ਕੀ ਹੋਣਗੀਆਂ, ਪਰਪੈਂਡੀਕੁਲਰ ਹੋਣਗੀਆਂ, ਐਂਡ ਪਾਸਿਸ ਥਰੋ ਦ ਰੀਜ਼ਨ, ਨਾਲ ਨਾਲ ਉਹ ਰੀਜ਼ਨ ਦੇ ਵਿੱਚੋਂ ਕੀ ਕਰਦੀਆਂ ਹੋਣਗੀਆਂ, ਪਾਸ ਕਰਦੀਆਂ ਹੋਣਗੀਆਂ। ਹੁਣ ਇਹਨੂੰ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਇਸ ਨੂੰ ਮੈਂ ਅਲੱਗ ਅਲੱਗ ਦੋ ਲਾਈਨਸ ਦੇ ਵਿੱਚ ਸੈਪਰੇਟ ਕਰ ਲਵਾਂ, ਜਾਂ ਇਨ ਅਨਦਰ ਵਰਡਸ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਇਸ ਦੇ ਕੀ ਬਣਾ ਲਵਾਂ, ਫੈਕਟਰਸ ਬਣਾ ਲਵਾਂ। ਠੀਕ ਹੈ, ਫੈਕਟਰਸ ਬਣਾ ਕੇ ਕੀ ਹੋਏਗਾ, ਥੋੜ੍ਹਾ ਜਿਹਾ ਈਜ਼ੀਲੀ ਜਿਹੜਾ ਹੈਗਾ ਕੁਸ਼ਚਨ ਮੇਰਾ ਸੋਲਵ ਹੋ ਜੂਗਾ, ਮੈਨੂੰ ਦੋ ਲਾਈਨਸ ਮਿਲ ਜਾਣਗੀਆਂ ਜਿਹਦੇ ਵਿੱਚ ਮੈਨੂੰ ਪਤਾ ਲੱਗ ਜੂਗਾ ਵੀ ਹਾਂਜੀ ਇਹ ਜਿਹੜੀਆਂ ਲਾਈਨਸ ਨੇ ਇਹਨਾਂ ਨੂੰ ਫਿਰ ਮੈਂ ਪਰਪੈਂਡੀਕੁਲਰ ਦੇ ਵਿੱਚ ਕਨਵਰਟ ਕਰ ਸਕਦੀ ਹਾਂ। ਠੀਕ ਹੈ, ਚਲੋ ਕੋਸ਼ਿਸ਼ ਕਰਦੇ ਹਾਂ ਇਹਦੇ ਫੈਕਟਰਸ ਬਣਾਉਣ ਦੀ। ਸੋ ਮੈਨੂੰ ਕੀ ਦਿੱਤਾ ਹੋਇਆ, 2x ਸਕੇਅਰ ਪਲੱਸ 13x ਵਾਈ ਮਾਈਨਸ 5y ਸਕੇਅਰ। ਹੁਣ ਇਹ ਤਾਂ ਕਲੀਅਰ ਹੈ ਕਿ ਮੈਨੇ 13 ਨੂੰ ਕੁਛ ਇਸ ਤਰੀਕੇ ਨਾਲ ਲਿਖਣਾ ਹੈ ਕਿ ਇੱਧਰੋਂ 2 ਅਤੇ ਇੱਧਰੋਂ 5 ਕੋਮਨ ਆ ਸਕੇ। ਠੀਕ ਹੈ, ਸੋ ਇਹਨੂੰ ਮੈਂ ਕਿਵੇਂ ਲਿਖ ਸਕਦੀ ਹਾਂ, 8 ਅਤੇ 5, ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ 8 ਅਤੇ 5 13 ਹੁੰਦੇ ਆ। ਸੋ ਚਲੋ ਦੇਖਦੇ ਹਾਂ ਬਣਦਾ ਜਾਂ ਨਹੀਂ ਬਣਦਾ। 8x ਵਾਈ ਐਂਡ 5x ਵਾਈ ਮਾਈਨਸ 5y ਸਕੇਅਰ, ਇਹਦੇ ਵਿੱਚੋਂ 2x ਕੋਮਨ ਆਉਂਦਾ ਤਾਂ ਇੱਕ ਮੇਰੇ ਕੋਲ ਕੀ ਬਣ ਜਾਂਦੀ ਹੈ, ਐਕਸ ਪਲੱਸ ਵਾਈ ਬਣ ਜਾਂਦੀ ਹੈ। ਠੀਕ ਹੈ, ਸਿਮਿਲਰਲੀ ਇਹਦੇ ਵਿੱਚੋਂ ਓਕੇ ਪਲੱਸ ਅਤੇ ਮਾਈਨਸ ਦਾ ਫਰਕ ਪੈਂਦਾ। ਠੀਕ ਹੈ, ਇੱਥੇ ਮੇਰੇ ਕੋਲ ਨੈਗੇਟਿਵ ਬਣਦਾ ਵਿਚ ਇਜ਼ ਨੋਟ ਰਾਈਟ, 5y ਕੋਮਨ ਕੱਢਿਆ ਤਾਂ ਮੇਰੇ ਕੋਲ ਇੱਥੇ ਐਕਸ ਮਾਈਨਸ ਵਾਈ ਬਣਦਾ, ਜਿਵੇਂ ਆਪਾਂ ਨੂੰ ਪਤਾ ਵੀ ਆਹ ਵਾਲਾ ਫੈਕਟਰ ਸੇਮ ਬਣਨਾ ਚਾਹੀਦਾ, ਸੋ ਉਸ ਅਕੋਰਡਿੰਗ ਆਪਾਂ ਚੱਲਾਂਗੇ। ਠੀਕ ਹੈ, ਸੋ ਮੇਰੇ ਕੋਲ ਫੈਕਟਰ ਇੱਕ ਸੇਮ ਬਣਨਾ ਚਾਹੀਦਾ ਸੀ, ਜੋ ਸੇਮ ਬਣਿਆ ਨਹੀਂ, ਤਾਂ ਹੁਣ ਆਪਾਂ ਹੋਰ ਤਰੀਕੇ ਨਾਲ ਸੋਚਦੇ ਹਾਂ। ਮਤਲਬ ਮੈਨੂੰ ਕੀ ਕਰਨਾ ਪਏਗਾ, ਇਹ ਨੰਬਰ ਨੈਗੇਟਿਵ ਲੈਣਾ ਪਏਗਾ, ਮਾਈਨਸ ਵਾਲੇ ਜਿਹੜੀਆਂ ਟਰਮਸ ਨੇ ਉਹਦੇ ਵਿੱਚ ਦੇਖਣਾ ਪਏਗਾ। 13 ਮਾਈਨਸ 5, ਹਾਂ 18 ਮਾਈਨਸ 5 ਕਰਕੇ ਦੇਖ ਲੈਂਦੇ ਹਾਂ, 18 ਦੇ ਵਿੱਚੋਂ 5 ਮਾਈਨਸ ਕਰਾਂਗੇ। ਸੋ ਇੱਥੇ ਮੇਰੇ ਕੋਲ ਬਚਦਾ ਹੈ 9,
ठीक है, और इतने मैंने माइनस वाई कॉमन कर दिया तो एक्स नो 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 इतने फैक्टर्स बनाने दे विच दिक्कत आ रही है। चलो हुण क्योंकि ये अपने फैक्टर बनाने की कोशिश की, दिस इज़ वन मैथड जिसकी हैल्प नाल तुसी की कर सकते हो, क्वेश्चन कर सकते हो, बेसिक मैथड जिन्होंने कहते हैं। चलो क्योंकि हुण आप इतने फैक्टर्स बनाने की कोशिश की पर फैक्टर्स नहीं बने, तो हुण आप अपना बेसिक मैथड जिहड़ा कि सब तो सौखा है जिहदे विच तुसी होर कुछ भी नहीं देखना, जिवें आपां नूं पता सी कि जेकर मैंने एक लाइन की क्वेश्चन दी हुई है, फॉर एग्जाम्पल 2x प्लस 3y दिता होया प्लस चलो जीरो लगा लो हूँ क्योंकि वो रीजन जो पास कर रहा है तो आप इक्वल टू जीरो ही लैके चल रहे हैं, है ना। तो जेकर मैंने कोई कहता है कि इस परपेंडिकुलर लाइन बनाओ तो आई एम वेरी श्योर दैट कि ये 3x माइनस 2y होएगा। मैं क्या करती सी कोफिशिएंट चेंज करके विच नैगेटिव साइन लगा दिंदी सी, वो कंसैप्ट अपने को ये भी एप्लीकेबल हुंदा है। ठीक है, हुण इहदे विच आपां की करांगे, नाले तो सिंबल चेंज करांगे, देखो इहदे नाल कोई फर्क नहीं पैंदा, ये जिवें है बेचारा उवें ही रहेगा पॉजिटिव साइन दे नाल, फर्क कित्थे पएगा, इन्हां दोनों नूं पएगा। जो कोफिशेंट वाई दा है वो कोफिशेंट एक्स दा हो जाएगा, ठीक है, मतलब 5x स्क्वेयर हो जाएगा, और जो कोफिशेंट एक्स दा है वो कोफिशेंट वाई दा हो जाएगा, मतलब 2y स्क्वेयर हो जाएगा, एंड जो नैगेटिव साइन है इट विल ऑलसो चेंज विद द पॉजिटिव साइन। सो इत्थे बिल्कुल सेम तरीके नाल आपां काम करना है जिवें कि आपां एक लाइन दी इक्वेशन च करदे सी। जो मैं तुहानूं पहलां दस्सिया वो अपना बेसिक मैथड हैगा, वो तुहानूं आना चाहिए, एक अद्धा क्वेश्चन आपां उवें भी करांगे, बट दिस इज़ द वे जिहदे नाल तुसीं जल्दी तो जल्दी चैक कर सकते हो। हुण इत्थे मैनूं नज़र आ रहा है कि सारे 5y स्क्वेयर ने और ओनली 5x स्क्वेयर वाली ऑप्शन इक्को ही है, दैट इज़ ऑप्शन बी, सो ऑप्शन बी इज़ द राइट आंसर। ठीक है जी, सो ये सीगा अपना क्वेश्चन नंबर 12, अगे चलते हैं क्वेश्चन नंबर 13 दे नाल। क्वेश्चन नंबर 13 दे विच की दिता होया, क्वेश्चन नंबर 13 दे विच तुहानूं दिती हुई है स्लोप्स की रेशो, द स्लोप ऑफ द लाइन रिप्रजेंटड बाय, कहिंदे इहदियां जिहड़ियां स्लोप्स ने वो इस रेशो दे विच हैगियां ने। हुण इस रेशो का मतलब तो इक्को ही है भी जेकर मेरे को एक स्लोप एम है तो दूसरी स्लोप 2m होएगी। ठीक है, तो कहिंदे एच की वैल्यू फाइंड करके दसो। देखो जे तो इत्थे मैनूं कहिंदे कि तुसीं अपनी वह करो रिलेशन बनाओ जो भी है थोड़ा, मतलब जिवें अपने पहला के की वैल्यू 5 पुट की सी, उवें ही मैं सिमिलर वे दे विच इत्थे के की वैल्यू पुट कर देनी सी, बट हुण दे आर टॉकिंग अबाउट कि तुसीं की करो एच की वैल्यू फाइंड आउट करो। चलो देख लैने फिर एच की वैल्यू भी फाइंड आउट करके, बट सॉल्व करन दा तरीका तो उही होएगा कि जिहड़ियां दोनों स्लोप्स का सम है, मतलब दोनों स्लोप्स का सम है वह मेरे को किहदे इक्वल होएगा, माइनस एच ओवर ए बी। हुण माइनस एच ओके नहीं, फिर इतने भी तो डायरैक्ट उही मैथड आप यूज़ कर सकते हैं, देखो बिल्कुल कर सकते हैं। देखो मेरे को की रिलेशन बनया से, मेरे को रिलेशन बनया से ए बी 1 प्लस के का होल स्क्वेयर। ठीक है, दैट इज़ इक्वल्स टू, मैंने लगे कि वैल्यूज़ नहीं दी हुई बट ए बी वैल्यूज़ तो गिवन ने, इज़ इक्वल्स टू 4k एच स्क्वेयर। ठीक है, हुण इत्थों मैं आराम नाल एच की वैल्यू फाइंड कर सकती हूँ। हुण के की वैल्यू मेरे को 2 है इतने, ठीक है जी, तो ए की वैल्यू मेरे को 1 है, बी की वैल्यू मेरे को 2 है और के की वैल्यू भी 2 है, तो मेरे को इतने कि आ जाता है 9 आ जाता है, विच इज़ इक्वल्स टू 4। के की वैल्यू मेरे को इतने कि है 2 है, ठीक है जी, एच मैंने फाइंड आउट करनी है तो 2 नाल 2 कैंसल हो गया, तो वेरी क्लीयर मेरे को एच की जो वैल्यू है वो मेरे को कि आ जाती है 9/4 आ जाती है, तो 3/2 आ जाती है, मतलब ऑप्शन बी। ठीक है, सो दिस इज़ अ गुड एंड इंपॉर्टेंट ट्रिक जिहड़ी तुसीं अपने माइंड च क्लीयर रखनी है। अगे चलते हैं क्वेश्चन नंबर 14 दे उपर, यह हैगा अपना क्वेश्चन नंबर 14, द स्लोप्स ऑफ द लाइन गिवन बाय द इक्वेशन। हुण देखो ये मैंने इक्वेशन दिती हुई है, कहिंदे दोस्तों इहदियां स्लोप्स की होणगियां। हुण स्लोप कढ़न का तरीका आपां प्रीवियस क्लास दे विच सिखिया सीगा कि मैनूं पता है कि मेरे को चलो इक्वेशन कोई हैगी है वाई इज इक्वल टू एम एक्स करके, तो चलो उतों मैं स्लोप की वैल्यू कढ के पुट करूँगी तो सैटिस्फाई करेगी 200%, तो उही आपां करांगे। 3 मैं हुण इत्थे एक्स स्क्वेयर नाल पहली गल तो डिवाइड किया, तो मेरे को कितना आ गया 10 वाई ओवर एक्स प्लस 3 वाई स्क्वेयर ओवर एक्स स्क्वेयर माइनस 15 ओवर एक्स माइनस 21 इंटू वाई ओवर एक्स स्क्वेयर। ठीक है, और प्लस 18 ओवर एक्स स्क्वेयर। ठीक है, हुण ये मेरे को इक्वेशन बन गई, तो यह मतलब साफ साफ है डिवाइड दे विच एक एक्स भी आ रहा है। कहिंदी मैं लैट कर लैनी हाँ कि जेकर मेरी वाई ओवर एक्स एम उदों अप्रोच करेगी जो मेरा एक्स इनफिनिटी अप्रोच करेगा, ये मैंने लैट किया।
ਠੀਕ ਹੈ। ਹੁਣ ਅਕੋਰਡਿੰਗ ਟੂ ਸਿਚੁਏਸ਼ਨ ਤੁਹਾਨੂੰ ਕੁਝ ਚੀਜ਼ਾਂ ਲੈਟ ਵੀ ਕਰਨੀਆਂ ਪੈਂਦੀਆਂ ਨੇ। ਕਹਿੰਦੇ ਅਗਰ ਮੇਰਾ ਇਨਫਿਨਿਟੀ ਉਹਨੂੰ ਅਪਰੋਚ ਕਰੇਗਾ, ਸੋਰੀ ਐਕਸ ਇਨਫਿਨਿਟੀ ਨੂੰ ਅਪਰੋਚ ਕਰੇਗਾ ਤਾਂ ਮੇਰਾ ਵਾਈ ਓਵਰ ਐਕਸ ਜੋ ਐਮ ਨੂੰ ਅਪਰੋਚ ਕਰੇਗਾ। ਚਲੋ ਫਿਰ ਇਹਦੇ ਵਿੱਚ ਵੈਲਿਊਸ ਪੁੱਟ ਕਰ ਲੈਂਦੇ ਹਾਂ ਤਾਂ ਮੇਰੇ ਕੋਲ ਕਿੰਨਾ ਆ ਗਿਆ ਜੀ, 3 ਪਲੱਸ 10 ਐਮ ਪਲੱਸ 3 ਐਮ ਸਕੇਅਰ। ਹੁਣ ਇਹ ਵੀ ਜ਼ੀਰੋ ਹੋ ਗਿਆ ਕਿਉਂਕਿ 1 ਬਾਏ ਇਨਫਿਨਿਟੀ ਜ਼ੀਰੋ ਹੁੰਦਾ, ਇਹ ਵੀ ਜ਼ੀਰੋ ਹੋ ਗਿਆ, ਇਹ ਵੀ ਜ਼ੀਰੋ ਹੋ ਗਿਆ, ਵਿਚ ਇਜ਼ ਇਕੁਅਲਸ ਟੂ ਜ਼ੀਰੋ। ਤਾਂ ਹੁਣ ਇਹਦੇ ਵਿੱਚ ਜੋ ਵੈਲਿਊ ਸੈਟਿਸਫਾਈ ਕਰਦੀ ਆ ਉਹ ਤੁਹਾਡਾ ਆਨਸਰ ਹੈ। ਹੁਣ ਦੇਖੋ ਮੇਰੇ ਕੋਲ ਕਿਹੜੀ ਕਿਹੜੀ ਵੈਲਿਊ ਇਹਦੇ ਵਿੱਚ ਸੈਟਿਸਫਾਈ ਕਰਦੀ ਹੈ। ਹੁਣ ਜਾਂ ਤਾਂ ਮੇਰੇ ਕੋਲ 3 ਪੁੱਟ ਵੈਲਿਊ ਸੈਟਿਸਫਾਈ ਕਰੇਗੀ ਜਾਂ -3 ਕਰੇਗੀ। ਮੈਂ ਇੱਕ ਵੈਲਿਊ ਪੁੱਟ ਕਰਕੇ ਦੇਖ ਲੈਂਦੀ ਹਾਂ, ਦੂਸਰੀ ਆਟੋਮੈਟਿਕਲੀ ਮੇਰਾ ਆਨਸਰ ਹੈ ਨਾ। ਤਾਂ ਚਲੋ 3 ਪਲੱਸ 30। ਹੁਣ ਦੇਖੋ ਇਹ ਤਾਂ ਬੜਾ ਕਲੀਅਰ ਹੈ ਕਿ ਪੋਜ਼ਿਟਿਵ ਆਨਸਰ ਤਾਂ ਮੇਰਾ ਇੱਥੇ ਸੈਟਿਸਫਾਈ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਰਿਹਾ, ਮਤਲਬ ਮੇਰੇ ਕੋਲ ਨੈਗੇਟਿਵ ਵੈਲਿਊ ਸੈਟਿਸਫਾਈ ਕਰੇਗੀ, ਨੈਗੇਟਿਵ ਵੈਲਿਊ। ਹੁਣ ਇਹੀ ਸੇਮ ਕਨਸੈਪਟ ਜਿਵੇਂ ਮੈਨੂੰ ਪਤਾ ਵੀ ਪੋਜ਼ਿਟਿਵ ਵੈਲਿਊ ਇਹਦੇ ਵਿੱਚ ਸੈਟਿਸਫਾਈ ਹੋ ਹੀ ਨਹੀਂ ਸਕਦੀ ਡਿਊ ਟੂ ਜ਼ੀਰੋ, ਤਾਂ ਉਹੀ ਸੇਮ ਕਨਸੈਪਟ ਦੂਸਰੀ ਵੈਲਿਊ ਲਈ ਵੀ ਲੱਗਦਾ, ਮਤਲਬ ਮੇਰਾ ਜਿਹੜਾ ਆਨਸਰ ਹੈ ਉਹ ਦੋਨੋਂ ਹੀ ਨੈਗੇਟਿਵ ਵੈਲਿਊਜ਼ ਨੇ, ਦੈਟ ਇਜ਼ ਆਪਸ਼ਨ ਬੀ। ਠੀਕ ਹੈ ਜੀ, ਕਲੀਅਰ ਹੈ। ਚਲੋ ਅੱਗੇ ਚੱਲਦੇ ਹਾਂ ਕੁਸ਼ਚਨ ਨੰਬਰ 15 ਦੇ ਉੱਪਰ। ਇਹ ਹੈਗਾ ਜੀ ਆਪਣਾ ਕੁਸ਼ਚਨ ਨੰਬਰ 15। ਠੀਕ ਹੈ, ਦ ਕੰਬਾਈਂਡ ਇਕੁਏਸ਼ਨ ਆਫ ਪੇਅਰ ਆਫ ਸਟੇਟ ਲਾਈਨਸ ਪੇਅਰ ਆਫ ਲਾਈਨਸ ਥਰੋ ਓਰੀਜਨ ਪਰਪੈਂਡੀਕੁਲਰ ਟੂ ਦਾ। ਹੁਣ ਇਹਦੇ ਵਿੱਚ ਵੀ ਦੇਖੋ ਮੈਨੂੰ ਇਕੁਏਸ਼ਨ ਕਿੰਨੀ ਦਿੱਤੀ ਹੋਈ ਹੈ, ਐਕਸ ਸਕੇਅਰ -3xy +2y² ਇਜ਼ ਇਕੁਅਲਸ ਟੂ 0। ਹੁਣ ਇਹਦੇ ਵਿੱਚ ਕਹਿੰਦੇ ਉਸ ਇਕੁਏਸ਼ਨ ਉਹਨਾਂ ਜਿਵੇਂ ਆਪਾਂ ਪ੍ਰੀਵੀਅਸ ਕੁਸ਼ਚਨ ਕਰਕੇ ਆਏ ਸੀਗੇ ਕਿ ਉਹਨਾਂ ਦੀ ਇਕੁਏਸ਼ਨ ਫਾਈਂਡ ਆਊਟ ਕਰੋ ਜਿਹੜੇ ਕਿ ਇਸਦੇ ਕੀ ਹੋਣਗੇ ਪਰਪੈਂਡੀਕੁਲਰ ਹੋਣਗੇ, ਹੈ ਨਾ। ਸੇਮ ਤਰੀਕੇ ਨਾਲ ਕਰਨਾ ਆਪਾਂ ਵੀ ਇਹ ਕੁਸ਼ਚਨ। ਠੀਕ ਹੈ, ਤਾਂ ਹੁਣ ਦੇਖੋ ਜੀ ਇਸ ਦੇ ਵਿੱਚ ਕਿਹੜਾ ਆਨਸਰ ਹੋਏਗਾ। ਦੇਖੋ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਪਤਾ ਕਿ ਐਕਸ ਦਾ ਕੋਫੀਸ਼ੀਐਂਟ ਅਤੇ ਵਾਈ ਦਾ ਕੋਫੀਸ਼ੀਐਂਟ ਆਪਸ ਦੇ ਵਿੱਚ ਇੰਟਰਚੇਂਜ ਹੋ ਜਾਣਗੇ, 2x ਸਕੇਅਰ ਹੋ ਜਾਏਗਾ ਐਂਡ ਵਾਈ ਸਕੇਅਰ ਹੋ ਜਾਏਗਾ। ਹਾਂ, ਐਂਡ ਵਾਈ ਸਕੇਅਰ ਹੋ ਜਾਏਗਾ। ਤਾਂ ਮੇਰੇ ਕੋਲ ਕੀ ਆਉਂਦਾ, 2x ਸਕੇਅਰ ਅਤੇ ਵਾਈ ਸਕੇਅਰ ਵਾਲਾ, 2x ਸਕੇਅਰ ਅਤੇ ਵਾਈ ਸਕੇਅਰ ਵਾਲਾ, ਦੋ ਆਪਸ਼ਨਸ ਅਵੇਲੇਬਲ ਨੇ। ਠੀਕ ਹੈ, ਬਟ ਹਾਂ ਇਹਦੇ ਵਿੱਚ ਅਗਰ ਫੈਕਟਰਸ ਬਣ ਰਹੇ ਨੇ ਤਾਂ ਫੈਕਟਰਸ ਵੀ ਆਪਾਂ ਬਣਾ ਸਕਦੇ ਹਾਂ। ਸੋ ਫੈਕਟਰਸ ਆਪਾਂ ਬਣਾ ਲੈਂਦੇ ਹਾਂ ਕਿਉਂਕਿ ਹੁਣ ਇਹਦੇ ਵਿੱਚ ਮੇਰੇ ਕੋਲ ਦੋ ਆਪਸ਼ਨਸ ਅਵੇਲੇਬਲ ਨੇ ਔਰ ਸਾਈਨ ਦੇਖੋ ਦੋਨੋਂ ਜਗ੍ਹਾ 'ਤੇ ਚੇਂਜ ਹੋਏ ਹੋਏ ਨੇ, ਦੋਨੋਂ ਜਗ੍ਹਾ 'ਤੇ ਸਾਈਨ ਨੇ ਜਿਹੜੇ ਚੇਂਜ ਹੋਏ ਹੋਏ ਨੇ। ਠੀਕ ਹੈ, ਸੋ ਇੱਥੇ ਆਈ ਐਮ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਥੇ ਕਨਫਿਊਜ਼ਨ ਹੋਗੀ ਕਿਉਂਕਿ ਇੱਕ ਆਪਾਂ ਨੇ ਇਹ ਦੇਖਣਾ ਜੇਕਰ ਕੋਈ ਇਹਨਾਂ ਦੋਨੋਂ ਆਪਸ਼ਨਸ ਦੇ ਵਿੱਚੋਂ ਜੇਕਰ ਕੋਈ ਇਹੋ ਜਿਹੀ ਆਪਸ਼ਨ ਹੁੰਦੀ ਜਿਹਦੇ ਵਿੱਚ ਕੋਈ ਸਾਈਨ ਚੇਂਜ ਨਾ ਹੁੰਦਾ, ਕੋਈ ਸਾਈਨ ਚੇਂਜ ਨਾ ਹੁੰਦਾ ਦੋਨੋਂ, ਤਾਂ ਉੱਥੇ ਮੈਂ ਕਹਿੰਦੀ ਕਿ ਮੇਰਾ ਸੈਕਿੰਡ ਆਪਸ਼ਨ ਰਾਈਟ ਹੈ। ਬਟ ਇੱਥੇ ਦੋਨਾਂ ਦੇ ਵਿੱਚ ਸਾਈਨ ਚੇਂਜ ਹੋਏ ਹੋਏ ਨੇ, ਉਹ ਚਾਹੇ ਉਹ ਹੋਵੇ ਚਾਹੇ ਉਹ ਹੋਵੇ ਦੋਨਾਂ ਦੇ ਵਿੱਚ ਚੇਂਜ ਹੋਇਆ ਹੋਇਆ, ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਠੀਕ ਹੈ, ਤਾਂ ਹੁਣ ਇੱਥੇ ਤੁਹਾਨੂੰ ਕੁਸ਼ਚਨ ਸੋਲਵ ਕਰਨਾ ਪਏਗਾ। ਸੋ ਐਕਸ ਸਕੇਅਰ -3xy +2y². ਹੁਣ ਇਹਦਾ ਬੇਸਿਕ ਮੈਥਡ ਆਪਾਂ ਇੱਥੇ ਯੂਜ਼ ਕਰਨ ਲੱਗੇ ਹਾਂ। ਬੇਸਿਕ ਮੈਥਡ ਕੀ ਹੋਏਗਾ, ਬੇਸਿਕ ਮੈਥਡ ਦੇ ਵਿੱਚ ਆਪਾਂ ਇਹਦੇ ਪਹਿਲਾਂ ਫੈਕਟਰਸ ਬਣਾ ਲੈਂਦੇ ਹਾਂ, ਜੇਕਰ ਇਹਦੇ ਫੈਕਟਰ ਮੈਨੂੰ ਲੱਗਦਾ ਬੜੀ ਈਜ਼ੀਲੀ ਬਣ ਜਾਣਗੇ। -xy ਲਿਖ ਲੈਂਦੇ ਹਾਂ, ਚਲੋ -2xy ਲਿਖ ਲੈਂਦੇ ਹਾਂ, ਮੈਨੂੰ ਉਮੀਦ ਹੈ ਇਹ ਫੈਕਟਰਸ ਬੜੇ ਆਰਾਮ ਨਾਲ ਬਣ ਜਾਣਗੇ। ਤਾਂ ਹੁਣ ਇਹਦੇ ਵਿੱਚ ਦੇਖੋ ਜੀ ਮੇਰੇ ਕੋਲ ਕੀ ਹੈ, x ਕਾਮਨ ਨਿਕਲ ਕੇ ਮੇਰੇ ਕੋਲ x -y ਬਚ ਜਾਂਦਾ, ਸਿਮਿਲਰਲੀ -2y ਕਾਮਨ ਕੱਢ ਕੇ ਮੇਰੇ ਕੋਲ x -y ਬਚ ਜਾਂਦਾ। ਤਾਂ ਮੇਰੇ ਕੋਲ ਇੱਕ ਇਕੁਏਸ਼ਨ ਕਿਹੜੀ ਹੈ, x -2y, ਔਰ ਦੂਸਰੀ ਇਕੁਏਸ਼ਨ ਕਿਹੜੀ ਹੈ ਮੇਰੇ ਕੋਲ x -y। ਹੁਣ ਦੇਖੋ ਇਹਨਾਂ ਦੇ ਬਿਲਕੁਲ ਇਹਦੇ ਪਰਪੈਂਡੀਕੁਲਰ ਲਾਈਨ ਕਿਹੜੀ ਹੋਏਗੀ, 2x ਪਲੱਸ ਵਾਈ। ਠੀਕ ਹੈ ਜੀ, ਇਹਦੇ ਪਰਪੈਂਡੀਕੁਲਰ ਲਾਈਨ ਕਿਹੜੀ ਹੋਏਗੀ, x ਪਲੱਸ ਵਾਈ। ਇਹਨਾਂ ਦੀ ਆਪਸ ਦੇ ਵਿੱਚ ਮਲਟੀਪਲਾਈ ਕਰ ਦਿਓ, ਮੇਰੇ ਕੋਲ ਆਨਸਰ ਆ ਜਾਏਗਾ। ਠੀਕ ਹੈ, ਦੋਨੋਂ ਪੋਜ਼ਿਟਿਵ ਨੇ ਤਾਂ ਮੇਰੇ ਕੋਲ ਇਕੁਏਸ਼ਨ ਵੀ ਪੋਜ਼ਿਟਿਵ ਬਣੇਗੀ, ਮਤਲਬ ਆਪਸ਼ਨ ਸੀ। ਕਲੀਅਰ ਹੈ, ਠੀਕ ਹੈ, ਮਲਟੀਪਲਾਈ ਕਰਨ ਦੀ ਵੀ ਲੋੜ ਨਹੀਂ, ਸਿੰਬਲ ਦੇਖਿਆ ਤਾਂ ਪਤਾ ਲੱਗ ਗਿਆ। ਠੀਕ ਹੈ, ਚਲੋ ਅੱਗੇ ਚੱਲਦੇ ਹਾਂ ਕੁਸ਼ਚਨ ਨੰਬਰ 16 ਦੇ ਉੱਪਰ। ਹਾਂਜੀ, ਇਹ ਹੈ ਕੁਸ਼ਚਨ ਨੰਬਰ 16। ਦ ਕੰਬਾਈਂਡ ਇਕੁਏਸ਼ਨ ਆਫ ਪੇਅਰ ਆਫ ਲਾਈਨ ਪਾਸਿਸ ਥਰੂ ਓਰੀਜ਼ਨ ਸੱਚ ਦੈਟ, ਇੱਕ ਇਹਦੇ ਪੈਰਲਰ ਹੈ ਅਤੇ ਦੂਸਰੀ ਇਹਦੇ ਪਰਪੈਂਡੀਕੁਲਰ ਹੈ। ਬਿਲਕੁਲ ਇਹਦੇ ਨਾਲ ਤਾਂ ਕੁਸ਼ਚਨ ਆਪਾਂ ਆਲਰੇਡੀ ਕੀਤਾ ਹੋਇਆ। ਇੱਕ ਇਸਦੇ ਪੈਰਲਰ ਹੈ, ਪੈਰਲਰ ਦਾ ਮਤਲਬ ਕੀ ਹੋ ਗਿਆ, ਕਿਉਂਕਿ ਉਹ ਇਕੁਏਸ਼ਨ ਓਰੀਜ਼ਨ ਦੇ ਵਿੱਚੋਂ ਪਾਸ ਕਰ ਰਹੀ ਹੈ ਤਾਂ ਕਰਕੇ ਕੋਂਸਟੈਂਟ ਲਾਈਨ ਦੀ ਲੋੜ ਨਹੀਂ, ਕੋਂਸਟੈਂਟ ਜ਼ੀਰੋ ਹੋ ਜਾਏਗਾ। ਠੀਕ ਹੈ, ਤਾਂ ਅਗਰ ਕੋਂਸਟੈਂਟ ਜ਼ੀਰੋ ਨਹੀਂ ਲਉਂਗੇ ਫਿਰ ਉਹਨੇ ਓਰੀਜ਼ਨ 'ਚੋਂ ਨਹੀਂ ਪਾਸ ਕਰਨਾ, ਇਹ ਤਾਂ ਬੇਸਿਕ ਜਿਹੀ ਚੀਜ਼ ਹੈ, ਹੈ ਨਾ। ਹੁਣ ਇਹਦੇ ਵਿੱਚ ਆਪਣੇ ਕੋਲ ਪੈਰਲਰ ਦਾ ਮਤਲਬ ਕੀ ਹੋ ਗਿਆ ਕਿ ਮੇਰੇ ਕੋਲ ਸੇਮ ਵੇਰੀਏਬਲਸ ਹੋਣਗੇ, ਸੇਮ ਕੋਫੀਸ਼ੀਐਂਟਸ ਹੋਣਗੇ। ਔਰ ਪਰਪੈਂਡੀਕੁਲਰ ਦਾ ਮਤਲਬ ਕੀ ਹੋ ਗਿਆ, ਪਰਪੈਂਡੀਕੁਲਰ ਦਾ ਮਤਲਬ ਹੋ ਗਿਆ 2x ਪਲੱਸ 3y। ਠੀਕ ਹੈ, ਸਿੰਬਲ ਵੀ ਚੇਂਜ ਔਰ ਵੇਰੀਏਬਲ ਵੀ ਚੇਂਜ, ਸੋਰੀ ਕੋਫੀਸ਼ੀਐਂਟ ਵੀ ਚੇਂਜ ਕਰੋ ਇਹਨਾਂ ਦੀ ਮਲਟੀਪਲਾਈ 'ਤੇ। ਆਨਸਰ ਦੇਖੋ ਮੇਰੇ ਕੋਲ ਕਿੰਨਾ ਆ ਜਾਂਦਾ, ਸਭ ਤੋਂ ਪਹਿਲਾਂ ਦੇਖੋ ਇੱਥੋਂ 2 ਕਾਮਨ ਨਿਕਲ ਕੇ ਕੈਂਸਲ ਹੋ ਰਿਹਾ, ਮੈਂ ਪਹਿਲਾਂ ਹੀ ਕਰ ਦਿੰਦੀ ਹਾਂ। ਠੀਕ ਹੈ, 3x -2y, ਔਰ ਇੱਥੇ ਮੇਰੇ ਕੋਲ ਆ ਗਿਆ 2x ਪਲੱਸ 3y। ਠੀਕ ਹੈ ਜੀ, ਤਾਂ ਮੇਰੇ ਕੋਲ ਇੱਥੇ ਕਿੰਨਾ ਆ ਗਿਆ, 6x ਸਕੇਅਰ, ਬਿਲਕੁਲ ਸਹੀ ਹੈ, ਹਰ ਇੱਕ ਆਪਸ਼ਨ ਦੇ ਵਿੱਚ ਆ ਰਿਹਾ। ਅਗਲਾ ਦੇਖੋ ਮੇਰੇ ਕੋਲ ਕਿੰਨਾ ਆਏਗਾ, ਅਗਲਾ ਮੇਰੇ ਕੋਲ ਆਏਗਾ 9xy -4xy, ਮਤਲਬ ਮੇਰੇ ਕੋਲ 5xy ਪੋਜ਼ਿਟਿਵ ਆਏਗਾ। ਠੀਕ ਹੈ, ਔਰ ਲਾਸਟ ਮੇਰੇ ਕੋਲ ਕੀ ਆਏਗਾ, ਨੈਗੇਟਿਵ ਆਏਗਾ, ਮਤਲਬ ਆਪਸ਼ਨ ਏ। ਠੀਕ ਹੈ ਜੀ, ਕਲੀਅਰ ਹੈ, ਗੁੱਡ।
अगे चलते हैं क्वेश्चन नंबर 17 के उपर। ये की करना है, डिस्टेंस फाइंड करना है, और डिस्टेंस फाइंड करने के लिए जोड़ा फॉर्मूला आपको पता है वही फॉर्मूला आपको ये लगाना है तो आंसर दे देना है। ठीक है जी, फॉर्मूला मेरे को होंगे 2g2। ठीक है, इस जी स्केयर तो बाद आई थिंक सो ए सी सगा। ठीक है, जी स्केयर माइनस ए सी, और जिस बिल्कुल इसको डिवाइड करना है डिवाइड ए प्लस ए इंटू ए प्लस बी। ठीक है, तो हूँ ये 2g2 की वैल्यू कि मेरे को 3/2, मतलब मेरे को 9/4 आ जाएगा, माइनस ए सी, ए तो सी की वैल्यू मेरे को है माइनस माइनस प्लस हो जाएगा 9 आ जाएगा, डिवाइड बाय 1 तो मल्टीप्लाई करो ना करो कोई फर्क नहीं पैंदा, और ए प्लस बी करांगे तो मेरे को 10 आ जाएगा। ठीक है, ओके आंसर लगा दो। देखो 4 जो बाहर निकलेगा तो कैंसिल ही हो गया, तो मेरे को कितना बच गया रूट दे विच 9 + 36 डिवाइड बाय 10। सो व्हाट इज़ द राइट आंसर हियर, 36 दे विच 9 नू ऐड करांगे 4 and 5, 45/10, मतलब समझ आ रहे हैं काफ़ी हद तक सौखा ही है, और 5 दे टेबल ते डिवाइड किया तो मेरे को कितना आ गया 2 आ गया, नीचे तो 2 आ गया पर ऊपर अपने को क्यों नहीं आया, कुछ गड़बड़, 9/4, ओके 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 ओके, ए सी सी नू मल्टीप्लाई करना सी, मैं तो कुछ होर ही कर दिता, इतने 4 आएगा 16 25 बनेगा, तो बिल्कुल अपने को जी ऑप्शन है वो आ चुकी है, दैट इज़ ऑप्शन डी। ठीक है जी, क्लियर है। चलो अगे चलते हैं क्वेश्चन नंबर 18 के उपर। क्वेश्चन नंबर 18 के आप करना है, जॉइंट इक्वेशन ऑफ पेयर ऑफ लाइनस जो कि इस दे विच पास करती है, तो पास वाला मैथड आप जरूर अप्लाई करके देखांगे, क्योंकि सारिया के जोड़ा है सेम है, तो करके किसी एक दे विच ही सैटिस्फाई करेगा, मोर दैन वन ऑप्शन आने के चांसिस काफ़ी घट ने। दूसरी चीज़ इन्होंने किया है कि जी भी तुसी फाइंड करोगे वो इसदे की होएगी पैलर होएगी, तो पैलर इक्वेशन तुहानू ऑलरेडी दिती हुई है, दैट इज़ एक्स स्केयर माइनस 4xy + 3y2। ठीक है, तो हूँ इतने मैं तुहानू एक होर चीज़ दस देव, क्योंकि थोड़े को पैलर है, जिमें कि आपको पता है कि पैलर के होंगे कुछ भी चेंज नहीं होंगे, सेम कोफिशेंट के सेम कोफिशेंट आ जाते हैं, कल कॉन्सटेंट का फर्क पैंता है। सो एक्स स्केयर प्लस 3y² - 4xy ये भी जो कोफिशेंट्स ने वह सेम रहे विद द सिंबल, सो ये जिथे चेंज हो रहा वनू आप खत्म कर देने। सो या तो बी ऑप्शन होएगा या डी होएगा। हूँ 2 दे विच तुसी पॉइंट पुट करोगे तो चैक करोगे, चलो आप पहला ए ऑप्शन दे विच कर लें, ए ऑप्शन दे विच करांगे तो 9 + 3y² है ना, 4 × 3 = हो जाएगा, माइनस 4xy माइनस माइनस प्लस 6 नू 4 नाल करांगे 24। ठीक है, माइनस 14 × x 42 प्लस 24y मतलब माइनस 48 एंड प्लस 45, देखो ये सैटिस्फाई करता या नहीं करता। सो पहली गल तो मेरे को इन्हों का माइनस करके आ जाता है माइनस, ओके प्लस होएगा फिर कहदे वास्ते प्लस करना, तो मेरे को पहली गल तो इन्हों दोनों नू सॉल्व करांगे, 21 माइनस 18 एंड माइनस 3। हाँ बिल्कुल, देखो प्रॉपरली सैटिस्फाई करता पे है, अगर यह सैटिस्फाई करता पे है तो होर कितने भी जाने की जरूरत नहीं है, ऑप्शन ए इज़ द राइट आंसर। ठीक है, चलो अगे चलते हैं, अगे है अपने को क्वेश्चन नंबर 19। हूँ ये क्वेश्चन का आंसर तुसी सिर्फ तो सिर्फ देख के देना है, खबरदार जे ये पेन या कापी चक्या, देखो ये एंगल करन लई फाइंड करन लई किया, बट तुसी कहोगे मैं फिर एंगल का फॉर्मूला तो लगावांगे, नहीं लगावांगे, क्यों, क्योंकि आपां नूं पता है कि ए प्लस बी करते जेकर 0 आता है तो लाइनस आपस से परपेंडिकुलर होंगे हैं, और ए ते बी मैं साफ नज़र आ रहा है देख के कि ए ते बी का जेकर मैं ऐड कर दी हाँ तो मेरे को 0 आ रहा है, 12 - 12 0 होंगे, तो वो मेरे को होएगा डायरैक्टली आंसर सी आ जाएगा। गुड क्वेश्चन, अच्छा क्वेश्चन। ठीक है, क्वेश्चन नंबर 20 ये हैगा जी अज का क्वेश्चन नंबर 20। द इक्वेशन ऑफ द स्ट्रेट लाइन विच इज़ पैलर टू दिस, जो इसके पैलर होएगी तो इस दे विचों पास करती होएगी। हुण क्योंकि वो इक्वेशन इसके पैलर है, ठीक है, तो बिल्कुल मेरे को एक्स माइनस 2y ही होएगा, तो जिथे एक्स माइनस 2y नहीं हैगा मैं पहली गल तो उस चीज़ को रेज कर देनी हाँ, ठीक है, क्योंकि मैं पता है कि मेरा जो आंसर है वो एक्स माइनस 2y के फॉरमैट के ही आऊगा, तो मतलब जी ए वाली ऑप्शन है वो खत्म हो जाती है, नाल नाल 0-4 के भी पास हो रही है, तो मतलब सिंपल है ऑप्शन ए। ठीक है, सिंपल ईजी। चलो
ਚਲੋ ਅੱਜ ਲਈ ਇੰਨਾ ਹੀ ਕਰਦੇ ਹਾਂ ਅਤੇ ਇਹ ਕੁਸ਼ਚਨ ਆਪਾਂ ਨੈਕਸਟ ਕਲਾਸ ਦੇ ਵਿੱਚ ਸ਼ੁਰੂ ਕਰਾਂਗੇ। ਅੱਜ ਦੀ ਕਲਾਸ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਦੈਨ ਪਲੀਜ਼ ਡੋਂਟ ਫੋਰਗੈਟ ਟੂ ਸ਼ੇਅਰ ਇਟ, ਮੈਕਸੀਮਮ ਸ਼ੇਅਰ ਕਰੋ ਐਂਡ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ, ਠੀਕ ਹੈ। ਰੈਗੂਲਰ 8 ਵਜੇ ਤੁਹਾਡੇ ਲਈ ਜਿਹੜੀਆਂ ਕਲਾਸਿਸ ਨੇ ਉਹ ਆ ਰਹੀਆਂ ਨੇ, ਮਿਹਨਤ ਹੋ ਰਹੀ ਹੈ ਅਤੇ ਤੁਸੀਂ ਵੀ ਮਿਹਨਤ ਕਰਨੀ ਹੈ, ਠੀਕ ਹੈ। ਸੋ ਥੈਂਕਸ ਫੋਰ ਵਾਚਿੰਗ, ਟੇਕ ਕੇਅਰ।